ਏਬੀਪੀ ਸੰਸਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਵਿੱਚ ਅਕਸਰ ਕਹਿੰਦੇ ਆ ਜਿਹੜੇ ਖਾਸ ਆਪਣੇ ਦਿਲਦਾਰ ਹੁੰਦੇ ਨੇ ਉਹਨਾਂ ਲਈ ਗੱਲ ਕਹੀ ਜਾਂਦੀ ਹੈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਇਹ ਦੋ ਟਿਕਟਾਂ ਕਿਹੜੀਆਂ ਹੋਈ ਨੇ ਸਾਡੇ ਨਾਲ ਸਿਟਿੰਗ ਐਮਐਲਏ ਨੇ ਫਤੇਜੰਗ ਬਾਜਵਾ ਜੀ ਤੇ ਬਲਵਿੰਦਰ ਲਾੜੀ ਜੀ ਬਾਜਵਾ ਸਾਹਿਬ ਪਹਿਲਾਂ ਤੁਹਾਨੂੰ ਦੋਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਬੀਜੇਪੀ ਜੁਆਇਨ ਕੀਤੀ ਹੈ ਥੈਂਕ ਯੂ ਵੈਰੀ ਮਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡੀ ਤੁਹਾਨੂੰ ਤੁਹਾਨੂੰ ਇਹ ਜੀ ਸਾਰਿਆਂ ਨੂੰ ਬਹੁਤ ਬਾਜਵਾ ਸਾਹਿਬ ਟਕਸਾਲੀ ਪਰਿਵਾਰ ਕਾਂਗਰਸੀ ਟਕਸਾਲੀ ਪਰਿਵ ਕੀ ਬਜਾ ਬਣੀ ਕੀ ਛੱਡਣਾ ਪਿਆ ਕਾਂਗਰਸ ਦਾ ਹੱਥ ਛੱਡ ਕੇ ਹੱਥ ਵਿੱਚ ਕਮਲ ਫੜਨਾ ਪਿਆ ਦੇਖੋ ਬੜੀ ਅਨਫੋਰਚੂਨੇਟ ਸਿਨੈਰੀਓ ਹੈ ਪੰਜਾਬ ਦਾ ਇਸ ਵੇਲੇ ਜਿਹੜੀ 100 ਸਾਲ ਪੁਰਾਣੀ ਪਾਰਟੀ ਹੈ ਅੱਜ ਉਸ ਪਾਰਟੀ ਦਾ ਕੋਈ ਵਾਲਿਵਾਰਸ ਨਹੀਂ ਦਿਖਦਾ ਖਾਸ ਕਰਕੇ ਪੰਜਾਬ ਦੇ ਵਿੱਚ ਚਾਰ ਜਿਹੜੇ ਨੇ ਪਾਵਰ ਸੈਂਟਰ ਬਣੇ ਪਏ ਨੇ ਔਰ ਇੱਕ ਪਾਵਰ ਸੈਂਟਰ ਦੂਜੇ ਪਾਵਰ ਸੈਂਟਰ ਨੂੰ ਕੱਟਦਾ ਜੇਕਰ ਤੁਸੀਂ ਇਕੱਠੇ ਨਾ ਚੱਲੋਗੇ ਕਦੀ ਕੋਈ ਵੀ ਇਲੈਕਸ਼ਨ ਤਾਂ ਇੱਕ ਬੰਨੇ ਪਰਿਵਾਰ ਇਕੱਠਾ ਨਹੀਂ ਚੱਲਦਾ ਤੇ ਕੰਮ ਪਰਿਵਾਰ ਦਾ ਵੀ ਨਹੀਂ ਚੱਲਦਾ ਸੋ ਮੈਂ ਇੱਕ ਗੱਲ ਮਾਨਾ ਵੀ ਕਾਂਗਰਸ ਇੱਕ ਬਹੁਤ ਵੱਡਾ ਪਰਿਵਾਰ ਸੀ ਪਰ ਜਿਸ ਤਰੀਕੇ ਨਾਲ ਕਾਂਗਰਸ ਦੀ ਇੱਕ ਦੂਜੇ ਦੀ ਦੁਰਸ਼ਾਜ ਦੇਖਣ ਨੂੰ ਮਿਲਦੀ ਹੈ ਪੰਜਾਬ ਦੇ ਵਿੱਚ ਇਹ ਚੀਜ਼ ਤੋਂ ਤੁਹਾਨੂੰ ਨਜ਼ਰ ਆਉਂਦਾ ਸੀ ਵੀ ਕਾਂਗਰਸ ਦਾ ਭੂਵਿੱਖ ਪੰਜਾਬ ਦੇ ਵਿੱਚ ਕਿਤੇ ਉਹਨੂੰ ਕੋਈ ਖੋਰਾ ਲੱਗ ਚੁੱਕਾ ਔਰ ਦੂਸਰੇ ਪਾਸੇ ਅੱਜ ਪੰਜਾਬ ਦੀ ਜੋ ਸਥਿਤੀ ਹੈ ਜੋ ਪੰਜਾਬ ਦਾ ਫਾਈਨੈਂਸ਼ੀਅਲ ਮੈਸ ਦੇ ਵਿੱਚ ਹੈ ਪੰਜਾਬ 3 ਲੱਖ ਕਰੋੜ ਰੁਪਈਆ ਸਾਡੇ ਤੇ ਕਰਜ਼ਾ ਚੜਿਆ ਬੈਠਾ ਹੈ ਪੰਜਾਬ ਦੇ ਨੌਜਵਾਨ ਆਪਣਾ ਦੇਸ਼ ਆਪਣਾ ਸੂਬਾ ਛੱਡ ਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਪੰਜਾਬ ਵਿੱਚ ਨਸ਼ਾ ਬੀਅਦਬੀ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਦੀ ਬੰਬ ਬਲਾਸਟ ਹੋ ਰਿਹਾ ਹੈ ਕਦੀ ਕਤਲ ਹੋ ਰਹੇ ਨੇ ਉਨ੍ਹਾਂ ਤੇ ਕੰਟਰੋਲ ਨਾ ਕਰਨਾ ਇਸ ਚੀਜ਼ ਤੋਂ ਇਹ ਨਜ਼ਰ ਆਂਦਾ ਹੈ ਵੀ ਦੇ ਗਵਰਨਮੈਂਟ ਔਰ ਖਾਸ ਕਰਕੇ ਪਰਫਾਰਮ ਨਹੀਂ ਕਰ ਪਾਰੇ ਔਰ ਮੈਂ ਇਹ ਸਮਝਣਾ ਵੀ ਅੱਜ ਇੱਕ ਤੇ ਇੱਕ ਸ਼ਖਸ ਨਰਿੰਦਰ ਭਾਈ ਮੋਦੀ ਜਿਹੜੇ ਪ੍ਰਾਈਮ ਮਿਨਿਸਟਰ ਨੇ ਬੀਜੇਪੀ ਦੇ ਇਸ ਵੇਲੇ ਪਾਰਟੀ ਦੇ ਪ੍ਰਾਈਮ ਮਿਨਿਸਟਰ ਨੇ ਉਨ੍ਹਾਂ ਤੋਂ ਇੱਕ ਆਸ ਜਾਗਦੀ ਹੈ ਵੀ ਇਹ ਸ਼ਖਸ ਇਹ ਪਾਰਟੀ ਕੋ ਜ ਸਾਡੇ ਸੂਬੇ ਲਈ ਕਰ ਸਕਦੀ ਹੈ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਹੋਈ ਮੋਦੀ ਸਾਹਿਬ ਨੇ ਸਾਰਿਆਂ ਨੂੰ ਪਹਿਲੇ ਹਲੀਮੀ ਦਿਖਾਉਂਦੇ ਹੋਏ ਉਹਨਾਂ ਨੇ ਸਾਰੇ ਕਿਸਾਨਾਂ ਕੋਲੋਂ ਮਾਫੀ ਮੰਗੀ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਇੰਨੀ ਹਲੀਮੀ ਦਿਖਾਂਦਾ ਉਹ ਉਸਦੇ ਉਸਦੇ ਗੁਣ ਜਿਹੜੇ ਨੇ ਉਹ ਨਜ਼ਰ ਆਂਦੇ ਆ ਔਰ ਤਿੰਨ ਕਾਲੇ ਕਾਨੂੰਨ ਵਾਪਸ ਲੈ ਕੇ ਮਾਫੀ ਮੰਗੀ ਗਈ ਵੀ ਕਿਸਾਨ ਭਰਾਓ ਜੇ ਤੁਹਾਨੂੰ ਇਹ ਠੀਕ ਨਹੀਂ ਲੱਗੇ ਇਹ ਕਾਨੂੰਨ ਅਸੀਂ ਵਾਪਸ ਲੈਨੇ ਆ ਉਸ ਤੋਂ ਬਾਅਦ ਐਮਐਸਪੀ ਦੀ ਗੱਲ ਚੱਲੀ ਐਮਐਸਪੀ ਉਹਨਾਂ ਨੇ ਕਿਹਾ ਸਾਰਿਆਂ ਨੂੰ ਵੀ ਐਮਐਸਪੀ ਰਹੂਗੀ ਔਰ ਐਮਐਸਪੀ ਰਹੀ ਉਹ ਸਾਰਾ ਕੁਝ ਹੋਇਆ ਮੋਦੀ ਸਾਹਿਬ ਨੇ ਕਿਹਾ ਵੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲੂਗਾ ਲਾਂਗਾ ਖੁੱਲਿਆ ਸੋ ਇੱਕ ਵਿਸ਼ਵਾਸ ਹੈ ਇੱਕ ਡਿਟਰਮੀਨੇਸ਼ਨ ਆ ਜਿੰਨੀ ਦੇਰ ਤੱਕ ਇੱਕ ਬੰਦੇ ਦੀ ਡਿਟਰਮੀਨੇਸ਼ਨ ਨਾ ਹੋਵੇ ਇੱਕ ਪਾਰਟੀ ਦਾ ਗੋਲ ਨਾ ਹੋਵੇ ਉਨੀ ਦੇਰ ਤੱਕ ਜੰਗਾ ਜਿੱਤੀਆਂ ਨਹੀਂ ਜਾਂਦੀਆਂ ਦੇਸ਼ ਚੱਲਦੇ ਨਹੀਂ ਸੂਬੇ ਚੱਲਦੇ ਨਹੀਂ ਸੋ ਅੱਜ ਮੈਂ ਸਮਝਣਾ ਅਸੀਂ ਬੀਜੇਪੀ ਦਾ ਲੜ ਫੜਿਆ ਅੱਜ ਬੀਜੇਪੀ ਦਾ ਝੰਡਾ ਲਾ ਕੇ ਪੰਜਾਬ ਦੇ ਹਰ ਕੋਨੇ ਹਰ ਗਲੀ ਹਰ ਕੂਚੇ 'ਚ ਜਾਵਾਂਗੇ ਔਰ ਵਿਸ਼ਵਾਸ ਨਾ ਕਹਿ ਸਕਦੇ ਆ ਵੀ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਚਾਹੇ ਅੱਜ ਤੋਂ 2-3 ਮਹੀਨੇ ਦੇ ਵਿੱਚ ਵਿੱਚ ਹੋਣੀਆਂ ਨੇ ਟਾਈਮ ਘੱਟ ਹੋਣ ਦੇ ਬਾਵਜੂਦ ਵੀ ਸਾਨੂੰ ਪੂਰਨ ਯਕੀਨ ਹੈ ਵੀ ਭਾਜਪਾ ਆਪਣੀ ਸਰਕਾਰ ਬਣਾਏਗੀ ਠੀਕ ਹੈ ਬਾਜਵਾ ਸਾਹਿਬ ਗੱਲਾਂ ਬਹੁਤ ਕਰ ਰਹੇ ਆਂ ਔਰ ਸੈਂਟਰ ਦੇ ਵਿੱਚ ਵੀ ਤੁਹਾਡੀ ਸਰਕਾਰ ਆ ਤਾਂ ਮੈਂ ਵੀ ਸੈਂਟਰ ਦੇ ਵਿੱਚ ਆ ਜਾਣਾ ਕਿਉਂਕਿ ਲਾੜੀ ਜੀ ਵੀ ਦੇਖ ਰਹੇ ਨੇ ਲਾੜੀ ਜੀ ਜਿਵੇਂ ਕਿ ਬਾਜਵਾ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦੀ ਅਪਰੋਚ ਰਹੀ ਹੈ ਹਾਲਾਂਕਿ ਦੇਰ ਨਾਲ ਸਹੀ ਪਰ ਫੈਸਲਾ ਲਿਆ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਤੋਂ ਇਹ ਤਿੰਨੇ ਕਾਨੂੰਨ ਵਾਪਸ ਲਏ ਨੇ ਉਦੋਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਬਹੁਤ ਹੋਈ ਹੋਈ ਹੈ ਔਰ ਇੱਕ ਚੀਜ਼ ਦੇਖੀ ਜਾ ਰਹੀ ਹੈ ਕਿ ਕੁਝ ਵੀ ਫਿਕਸ ਨਹੀਂ ਹੁੰਦਾ ਔਰ ਲੀਡਰ ਦੇ ਲਈ ਫਿਕਸ ਹੁੰਦੀ ਹੈ ਸਿਰਫ ਉਸ ਦੇ ਲਈ ਕੁਰਸੀ ਤਾਂ ਕੀ ਲੱਗਦਾ ਨਹੀਂ ਸੀ ਕਿਉਂਕਿ ਕਾਂਗਰਸ ਕਹਿ ਰਹੀ ਹੈ ਕਿ ਇਹਨਾਂ ਦੀ ਟਿਕਟ ਕੱਟੀ ਜਾਣੀ ਸੀ ਤਾਂ ਹੀ ਹੁਣ ਭੱਜੇ ਨੇ ਨਹੀਂ ਐਸੀ ਗੋਈ ਗੱਲ ਨਹੀਂ ਅਜੇ ਟਿਕਟਾਂ ਨੂੰ ਬਹੁਤ ਦੇਰ ਪਈ ਹੈ ਸਾਡਾ ਮਨ ਬਣਿਆ ਸੀ ਕਿ ਜਿਹੜੀ ਸਦਾਰਫਤ ਜੰਗ ਸਿੰਘ ਬਾਜਵਾ ਜੀ ਨੇ ਗੱਲ ਕਹੀ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਅਮਿਤ ਸ਼ਾਹ ਜੀ ਉਹਨਾਂ ਦੀ ਸਾਰੀ ਸਾਰੀ ਟੀਮ ਜਿਹੜੀ ਹੈ ਜਿਸ ਨਾਲ ਅੱਜ ਦੇਸ਼ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਔਰ ਪੰਜਾਬ ਜਿਹੜਾ ਕਿ ਪਿੱਛੇ ਬਹੁਤ ਰਹਿ ਗਿਆ ਅੱਜ ਜਿੱਥੇ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਜਿਹੜੇ ਉਹਨਾਂ ਨੇ ਰੱਦ ਕੀਤੇ ਨੇ ਉਹ ਸਭ ਤੋਂ ਵੱਡੀ ਗੱਲ ਜਿਹੜੀ ਹੈ ਜਿਹੜਾ ਸਾਡਾ ਕੋਰੀਡੋਰ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਪਹਿਲ ਕਦਮੀ ਕੀਤੀ ਹੈ ਔਰ ਸਿੱਖਾਂ ਕੋ ਔਰ ਕਿਸਾਨਾਂ ਤੋਂ ਜਿਹੜੀ ਉਹਨਾਂ ਨੇ ਆਪ ਜਾ ਕੇ ਮੀਡੀਆ ਦੇ ਸਾਹਮਣੇ ਇਹ ਗੱਲ ਕਹੀ ਹੈ ਕਿ ਅਸੀਂ ਨਹੀਂ ਸਮਝ ਸਕੀ ਇਹਨਾਂ ਨੂੰ ਉਰੋਤੇਵਨਾ ਨੇ ਜਿਹੜੀ ਉਸ ਗਲਤੀ ਦਾ ਅਸਾਸ ਵੀ ਕੀਤਾ ਉਹਦੇ ਨਾਲ ਸਾਡੇ ਸਾਰੇ ਸਿੱਖ ਕੌਮ ਦੇ ਇੱਕ ਜਿਹੜੀ ਕਿ ਪ੍ਰਧਾਨ ਮੰਤਰੀ ਮੋਦੀ ਜੀ ਔਰ ਬੀਜੇਪੀ ਦੇ ਉੱਤੇ ਵਿਸ਼ਵਾਸ ਬਣਿਆ ਸੋ ਅੱਜ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਸੈਂਟਰ ਦੇ ਵਿੱਚ ਐਡੇ ਵੱਡੇ ਪ੍ਰੋਜੈਕਟ ਜਿਹੜੇ ਵਕ ਵਕ ਸਟੇਡਾਂ ਨੂੰ ਮਿਲ ਰਹੇ ਨੇ ਸਾਨੂੰ ਵੀ ਪੰਜਾਬ ਨੂੰ ਇਹ ਜ਼ਰੂਰ ਮਿਲ ਤਾਂ ਕਿ ਇੱਥੋਂ ਦੇ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਵਿਦੇਸ਼ਾਂ ਚ ਜਾ ਰਹੀ ਹੈ ਅੱਜ ਸਾਡੇ ਇੱਕ ਇੱਕ ਦੋ ਦੋ ਬੱਚੇ ਨੇ ਜਿਹੜੇ ਕਿ ਸਾਡੇ ਕੋਲ ਜਦੋਂ ਬਾਹਰ ਚਲੇ ਜਾਂਦੇ ਨੇ ਤੇ ਘਰ ਬੰਗਰੋ ਖਾਲੀ ਹੋ ਜਾਂਦੇ ਨੇ ਬੇਸ਼ੱਕ ਵੱਡੇ ਮਕਾਨ ਕੋਠੀਆਂ ਦੇਖਣ ਨੂੰ ਮਿਲਦੀਆਂ ਪੰਜਾਬ 'ਚ ਲੇਕਿਨ ਉਹਨਾਂ 'ਚ ਰਹਿ ਕੋਈ ਨਹੀਂ ਰਿਹਾ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇੱਥੇ ਪ੍ਰੋਜੈਕਟ ਲਾ ਕੇ ਇੰਡਸਟਰੀ ਲਿਆ ਕੇ ਜਿਹੜੇ ਸਾਡੇ ਬੱਚੇ ਨੇ ਜਾਂ ਬੇਰੁਜ਼ਗਾਰ ਨੇ ਜਾਂ ਮਜ਼ਦੂਰ ਨੇ ਉਹਨਾਂ ਨੂੰ ਇੱਥੇ ਰੋਜ਼ਗਾਰ ਮਿਲੇ ਉਹ ਬੱਚੇ ਸਾਡੇ ਇੱਥੇ ਸਾਡੇ ਕੋਲ ਰਹਿਣ ਇਹ ਇਹ ਸਾਡੇ ਮਨ ਦੀ ਖਾਸ਼ ਆ ਅਸੀਂ ਚਾਹੁੰਦੇ ਹਾਂ ਕਿ ਸਰਦਾਰ ਫਤਿਹਜੰਗ ਸਿੰਘ ਬਾਜਵਾ ਜੀ ਇਹਨਾਂ ਨੇ ਜਦੋਂ ਕੀੜੀ ਮਿਲ ਸਾਡੇ ਸ਼੍ਰੀ ਹਰਗੋਬਿੰਦ ਕਿੜੀ ਨੇ ਕਿੜੀ ਕਿੜੀ ਵਫਗਾਨਾ ਹੀ ਕਹਿ ਲਓ ਲੇਕਿਨ ਉਹ ਮਿਲ ਜਿਹੜੀ ਬਾਜਵਾ ਪਰਿਵਾਰ ਨੇ ਇੱਥੇ ਲਾਈ ਔਰ ਜਿਹੜਾ ਸਾਡਾ ਲੱਖ ਲੱਖ ਡੇਡ ਡੇਡ ਲੱਖ ਰੁਪਏ ਨੂੰ ਕਿਲਾ ਸੀ ਜਦੋਂ ਮਿਲ ਸ਼ੁਰੂ ਹੋਈ ਉੱਥੇ 15 ਤੋਂ 20 ਲੱਖ ਰੁਪਏ ਆਜ 50 50 ਲੱਖ ਰੁਪਏ ਨੂੰ ਰੇਟ ਹੋ ਗਿਆ ਇਹ ਡਵੈਲਪਮੈਂਟ ਜਿਹੜੀ ਆ ਕਿਸਾਨ ਦੀ ਮਜ਼ਦੂਰ ਦੀ ਉਦੋਂ ਹੀ ਹੁੰਦੀ ਹੈ ਜਦੋਂ ਕੋਈ ਇੰਡਸਟਰੀ ਆਏਗੀ ਸੋ ਅੱਜ ਸਾਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਭਾਰਤੀ ਜਨਤਾ ਪਾਰਟੀ ਜਿਹਦੀ ਸਰਕਾਰ ਜਿਹੜੀ ਇੱਥੇ ਦੇਸ਼ ਵਿੱਚ ਚਲਾ ਰਹੀ ਹੈ ਔਰ ਜਿਸ ਨਾਲ ਤੁਸੀਂ 5 ਜਨਵਰੀ ਨੂੰ ਜਿڑا ਕਿ 2022 ਜਿਹੜੀ ਸ਼ੁਰੂਆਤ ਹੋਣੀ ਆ ਨਵੇਂ ਸਾਲ ਦੀ ਜਿੱਥੇ ਅਸੀਂ ਸਾਰਿਆਂ ਨੂੰ ਇਸ ਗੱਲ ਦੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਦੇਨੇ ਆ ਉਥੇ ਪ੍ਰਧਾਨ ਮੰਤਰੀ ਜੀ ਇੱਕ ਬਹੁਤ ਵੱਡੀਆਂ ਜੋ ਪੰਜਾਬ ਨੂੰ ਲੋੜਵੰਦ ਜਿਹੜੀਆਂ ਸਹੂਲਤਾਂ ਨੇ ਉਹ ਦੇਣ ਆ ਰਹੇ ਨੇ ਆ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਆਪਣੇ ਹਲਕਿਆਂ 'ਚ ਇੱਕ ਵੱਡੇ ਪ੍ਰੋਜੈਕਟ ਪ੍ਰਧਾਨ ਮੰਤਰੀ ਜੀ ਕੋ ਮੰਗਈਏ ਤਾਂ ਕਿ ਆਪਾਂ ਡਿਵੈਲਪਮੈਂਟ ਕਰਕੇ ਔਰ ਜਿਹੜਾ ਸਾਡਾ ਪੰਜਾਬ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨਸ਼ੇ ਦੇ ਵਿੱਚ ਗੁਲਤਾਨ ਹੋਈ ਫਿਰਦੀ ਸੀ ਉਹਨੂੰ ਕਿਤੇ ਨਾ ਕਿਤੇ ਠੱਲ ਪਾ ਸਕੇ ਇਥੋਂ ਦੇ ਜਿਹੜੇ ਲਾਨ ਆਰਡਰ ਦੀ ਗੱਲ ਕੀਤੀ ਬਾਜਵਾ ਸਾਹਿਬ ਨੇ ਜਾਂ ਬੇਅਦਬੀਆਂ ਦੀ ਗੱਲ ਕੀਤੀ ਹੈ ਜੇ ਚੰਗਾ ਕੋਈ ਲੀਡਰ ਸਾਨੂੰ ਮਿਲੇਗਾ ਉਹ ਸਾਰੀ ਇਹ ਪ੍ਰਸ਼ਾਸਨ ਆ ਰਹੇ ਆ ਰਹੇ ਆ ਬੰਨ ਗੱਲਾਂ ਬਹੁਤ ਨੇ ਬਾਜਵਾ ਸਾਹਿਬ ਪਿਛਲੇ ਮਹੀਨੇ ਦੀ ਗੱਲ ਹੈ ਮੈਂ ਵੀ ਉਸ ਰੈਲੀ ਦੇ ਵਿੱਚ ਸੀ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਆਏ ਸੀ ਔਰ ਤੁਸੀਂ ਜਿਵੇਂ ਮੈਂ ਖੜਾ ਸੈਂਟਰ 'ਚ ਐਵੇਂ ਦੋਵੇਂ ਜਣੇ ਖੜੇ ਸੀ ਔਰ ਬਾਹਾਂ ਚੱਕੀਆਂ ਸੀ ਉੱਪਰ ਔਰ ਜਕਾਰੇ ਲਾਏ ਸੀ ਤਾਂ ਕੀ ਇਹ ਜੀ ਵਜ੍ਹਾ ਬਣੀ ਕਿ ਹਲੇ ਮਹੀਨਾ ਵੀ ਨਹੀਂ ਹੋਇਆ 20 ਦਿਨਾਂ ਦੇ ਵਿੱਚ ਹੀ ਇਦਾਂ ਪਾਰਟੀਪਨ ਦਾ ਮਨ ਮੰਨ ਗਿਆ ਕਿ ਵੱਡੇ ਭਰਾ ਦੀ ਜਿਹੜੀ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਅਪਰੋਚ ਕੀਤੀ ਸੀ ਕਿ ਸਿਆਸਤ ਰੇਸ਼ਿਆਂ ਦੇ ਭਾਰੀ ਪੈ ਗਈ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਮੈਂ ਤੁਹਾਨੂੰ ਅਕੇ ਦੱਸਿਆ ਹੈ ਵੀ ਕਾਂਗਰਸ ਚ ਚਾਰ ਖੇਮਿਆਂ 'ਚ ਵੰਡੀ ਪਈ ਹੈ ਜੇ ਅਸੀਂ ਨਵਜੋਤ ਸਿੰਘ ਸਿੱਧੂ ਜੀ ਦੇ ਨਾਲ ਥੰਮ ਬਣ ਕੇ ਖੜੇ ਸੀ ਤਾਂ ਉਸ ਵਕਤ ਜਿਹੜੇ ਬਾਕੀ ਧੜੇ ਸੀ ਉਹ ਐਂ ਲੱਗਦੇ ਵੀ ਜਾ ਐ ਅਸੀਂ ਬਾਹਰਲੀ ਕਿਸੇ ਪਾਰਟੀ ਦੇ ਬੰਦੇ ਹੁੰਨੇ ਆ ਔਰ ਤੁਹਾਨੂੰ ਉਹ ਹਰ ਹੀਲੇ ਨਾਲ ਨੁਕਸਾਨ ਪਹੁੰਚਾਉਂਦੀ ਜਦੋਂ ਰਾਜਨੀਤੀ ਵਿੱਚ ਤੁਸੀਂ ਇੱਕ ਦੂਜੇ ਦਾ ਨੁਕਸਾਨ ਕਰੋਗੇ ਤੇ ਇਹ ਯਕੀਨਨ ਹੈ ਵੀ ਤੁਹਾਡਾ ਪਾਰਟੀ ਦਾ ਨੁਕਸਾਨ ਹੋਏਗਾ ਇਹੋ ਮੈਂ ਤੁਹਾਨੂੰ ਦੱਸਿਆ ਹੈ ਭਾਰਤੀ ਜਨਤਾ ਪਾਰਟੀ ਜਦੋਂ ਇਲੈਕਸ਼ਨ ਲੜਦੀ ਹੈ ਸਾਰਾ ਵਰਕਰ ਉਹਨਾਂ ਦਾ ਪਰਿਵਾਰ ਬਣ ਕੇ ਤੇ ਗਲੀਆਂ ਤੇ ਤੁਹਾਡੇ ਬੂਥਾਂ ਤੇ ਆ ਕੇ ਬਹਿ ਜਾਂਦਾ ਇਸ ਤਰੀਕੇ ਇਲੈਕਸ਼ਨਾਂ ਲੜੀਆਂ ਜਾਂਦੀਆਂ ਨੇ ਪੰਨੇ ਪ੍ਰਧਾਨ ਬਣਾ ਕੇ ਪੰਨੇ ਤੁਹਾਡੇ ਆਪਣੇ ਬੋਰਡਾਂ ਵਿੱਚ ਬੰਦੇ ਖੜੇ ਕਰਕੇ ਇਸ ਤਰੀਕੇ ਨਾਲ ਨਹੀਂ ਹੁੰਦਾ ਵੀ ਤੁਸੀਂ ਜਿਹਾ ਅਸੀਂ ਨਵਜੋਤ ਸਿੰਘ ਸਿੱਧੂ ਨਾਲ ਖੜੇ ਆ ਤੇ ਅੱਜ ਚੰਨੀ ਸਾਹਿਬ ਜਾਂ ਜਿਹੜੇ ਦੂਜੇ ਹੋਰ ਉਹ ਤੁਹਾਨੂੰ ਟਾਰਗੇਟ ਬਣਾ ਨੇ ਇੱਥੇ ਟਾਰਗੇਟ ਦੀ ਰਾਜਨੀਤੀ ਸ਼ੁਰੂ ਹੋਈ ਤੁਹਾਨੂੰ ਟਾਰਗੇਟ ਕਿਨੇ ਬਣਾਇਆ ਸੀ ਮੈਂ ਉਹ ਸਾਨੂੰ ਟਾਰਗੇਟ ਪਾਰਟੀ ਦੇ ਵਿੱਚੇ ਚੱਲਦੇ ਮੈਂ ਇਸ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਹਿਲੇ ਅਸੀਂ ਕੈਪਟਨ ਸਾਹਿਬ ਦੇ ਨਾਲ ਸੀ ਉਹਨਾਂ ਨੇ ਇਹ ਵੇਖਿਆ ਵੀ ਇਹ ਕੈਪਟਨ ਦੇ ਬੰਦੇ ਸੀ ਜੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਿਸਟਰਬ ਕਰੋ ਤੇ ਕੀ ਗੱਲ ਪਾਰਟੀ ਦਾ ਜਦੋਂ ਕੋਈ ਚੀਫ ਮਿਨਿਸਟਰ ਹੋਵੇ ਪਾਰਟੀ ਦਾ ਜਦੋਂ ਕੋਈ ਪ੍ਰਧਾਨ ਹੋਵੇ ਉਹਦੇ ਨਾਲ ਚੱਲਣਾ ਕੀ ਇਹ ਭਾਪਿਆ ਪਰ ਇਹ ਇਹਨਾਂ ਦੀ ਜਿਹੜੀ ਸੌਰੀ ਸੋਚ ਸੀ ਇਹਨਾਂ ਦੀ ਇਸ ਜਿਹੜੀਆਂ ਨੀਤੀਆਂ ਨੇ ਉਹਨਾਂ ਨੀਤੀਆਂ ਤੋਂ ਹੀ ਫਤਿਹ ਜੰਗ ਸਿੰਘ ਬਾਜਵਾ ਔਰ ਬਲਵਿੰਦਰ ਸਿੰਘ ਲਾਢੀ ਹੁਰਾ ਨੇ ਆਪਣਾ ਮਨ ਬਣਾ ਕੇ ਭਰੇ ਮਾਨਾ ਜਾਣਾ ਹੁੰਦਾ ਜਿੱਥੇ ਇਸ ਇਹ ਪਾਰਟੀ ਲਈ ਅਸੀਂ 35 ਸਾਲ ਆਪਣੀ ਆਪਣੀ ਪਰਿਵਾਰ اپنی زندگی دے اسی میرے ਪਿਤਾ ਜੀ ਨੇ 50 ਸਾਲ ਆਪਣੀ ਸ਼ਹਾਦਤ ਦਿੱਤੀ ਆਪਣੇ ਦੇਸ਼ ਲਈ ਇਸ پارٹی ਲਈ اور ਅਫਸੋਸ ਹੈ ਵੀ ਉਹਨਾਂ ਪਾਰਟੀਆਂ ਦੇ ਜਿਹੜੇ ਬਾਹਰੋਂ ਆਬਜ਼ਰਵਰਸ ਆਏ ਨੇ ਉਹ ਬੜੀਆਂ ਪਿੰਨ ਪਿੰਨ ਗੱਲਾਂ ਤੁਹਾਨੂੰ ਆਪੇ ਪਤਾ ਲੱਗ ਜਾਣੀਆਂ ਜਦੋਂ ਵਕਤ ਆਇਆ ਇਹ ਤਰੀਕਾਕਰ پارٹی ਦਾ ਕਦੀ ਨਹੀਂ ਸੀ ਵੇਖਿਆ ਅੱਜ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਕੋਈ ਹਾਈ ਕਮਾਂਡ ਦੀ ਕਿਸੇ ਨੂੰ ਕੋਈ ਢਰ ਕਿਸੇ ਦਾ ਕੋਈ ਨਹੀਂ ਜੋ ਤੁੰਕੇ ਸੇ ਨੂੰ ਪਾਰਟੀ ਡਿਸਪਲਿਨ ਜਿਹੜਾ ਭੰਗ ਕਰਦਾ ਜੇ ਉਹ ਨਹੀਂ ਰੋਕਿਆ ਜਾਂਦਾ ਤੇ ਪਾਰਟੀ ਦਾ ਹਾਲ ਫਿਰ ਅਲਟੀਮੇਟਲੀ ਮਾੜਾ ਹੀ ਹੋਊ। ਤੁਸੀਂ ਤਾਂ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ ਜਿਸ ਦਿਨ ਉਹ ਪਾਰਟੀ ਚੋਂ ਗਏ ਸੀ ਜਾਂ ਪਾਰਟੀ ਚੋਂ ਕਹ ਲਿਆ ਕੱਢੇ ਗਏ ਸੀ ਉਸ ਦਿਨ ਉਹਨਾਂ ਨੇ ਗੱਲ ਕਹੀ ਸੀ ਕਿ ਹਲੇ ਭਾਵੇਂ ਸਾਰੇ ਕਾਂਗਰਸ ਦੇ ਵਿੱਚ ਤੁਹਾਨੂੰ ਖਿੜੇਚਰ ਦਿਖ ਰਹੇ ਨੇ ਪਰ ਸਮਾਂ ਆਉਣ ਤੇ ਤੁਹਾਨੂੰ ਪਤਾ ਚੱਲੇਗਾ ਕਿ ਕਿੰਨੇ ਲੋਕ ਅੰਦਰੋਂ ਨਿਰਾਸ਼ ਨੇ ਤਾਂ ਕਹਿ ਲਿਆ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਉਹ ਗੱਲ ਸਹੀ ਹੋ ਰਹੀ ਔਰ ਹੋਰ ਵੀ ਸੁਣਨ ਚ ਆਇਆ ਕਿ ਕਾਫੀ ਲੰਬੀ ਕਤਾਰ ਹੈ ਦੇ ਕੋ ਕਤਾਰ ਤੇ ਤੁਹਾਨੂੰ ਆਪੇ ਪਤਾ ਲੱਗ ਜਾਨੀਏ ਥੋੜੇ ਦਿਨਾਂ ਤੱਕ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣੇ ਜ਼ਿੰਦਗੀ ਦੇ ਉਹਨਾਂ ਐਗਜ਼ੈਂਪਲ ਉਹਨਾਂ ਲਾਈਵ ਦਾ ਜਿਹੜਾ ਤਜਰਬਾ ਸੀ ਉਸ ਤਜਰਬੇ ਤੋਂ ਇਹ ਗੱਲ ਕਹੀ ਸੀ ਕਿ ਜਿਸ ਤਰੀਕੇ ਪਾਰਟੀ ਨੇ ਮੈਨੂੰ ਇਸ ਬੇਰੁਖ ਕਰਕੇ ਪਾਰਟੀ ਦੇ ਵਿੱਚੋਂ ਤੋੜਿਆ ਜਾਂ ਜਿਸ ਤਰੀਕੇ ਮੇਰੀ ਬੇਇੱਜ਼ਤ ਕਰਕੇ ਤੋੜਿਆ ਗਿਆ ਉਹ ਚੀਜ਼ ਪਾਰਟੀ ਨੂੰ ਬਾਅਦ ਚ ਨਜ਼ਰ ਆਊਗੀ ਜਿਸ ਵਕਤ ਪਾਰਟੀ ਇਲੈਕਸ਼ਨਾਂ ਦੇ ਨੇੜੇ ਹੋਊਗੀ ਸੋ ਮੈਂ ਉਹਨਾਂ ਦੀ ਇਸ ਤਜਰਬੇ ਦੀ ਮਦਦ ਵੀ ਦਿਨਾ ਕਿਉਂਕਿ ਉਹਨਾਂ ਠੀਕਿਆ ਸੀ ਇਹਨਾਂ ਨੇ ਜਿਹੜੇ ਸਹੀ ਕੈਂਡੀਡੇਟ ਜੀ ਉਹਨਾਂ ਦਾ ਕਿਹਨੇ ਨੇੜਤਾ ਸੀ ਤੇ ਇਹਨਾਂ ਦੀ ਕੋਸ਼ਿਸ਼ ਇਹ ਸੀ ਵੀ ਕੈਪਟਨ ਮਨਿੰਦਰ ਸਿੰਘ ਦੇ ਨਾਲ ਜਿਹੜੇ ক্লোਜ਼ ਕੁਆਟਰਸ ਦੇ ਵਿੱਚ ਉਹਨਾਂ ਦੇ ਨਾਲ ਸਾਥੀ ਸੀਗੇ ਉਹਨਾਂ ਨੂੰ ਕਿਤੇ ਨਾ ਕਿਤੇ ਤੰਗ ਕੀਤਾ ਜਾਏ ਡਸਨਟ ਮੈਟਰ ਅਸੀਂ ਅੱਜ ਕਮਲ ਦਾ ਝੰਡਾ ਚੁੱਕਿਆ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਹੈ ਵੀ ਇੱਕ ਫੁੱਟ ਸੋਲਜਰ ਬਣ ਕੇ ਅਸੀਂ ਪੰਜਾਬ ਦੇ ਵਿੱਚ ਆ ਬੀਜੇਪੀ ਦੀ ਸਰਕਾਰ ਲੈ ਕੇ ਆਵਾਂਗੇ ਤੁਸੀਂ ਆਬਜ਼ਰਵਰ ਦੇ ਉੱਪਰ ਸਵਾਲ ਚੁੱਕ ਰਹੇ ਹੋ ਤੁਹਾਨੂੰ ਕੀ ਕਿਹਾ ਆਬਜ਼ਰਵਰ ਨੇ ਕਿਹੜੀ ਗੱਲ ਤੋਂ ਇੰਨੀ ਜ਼ਿਆਦਾ ਮਨ ਦੇ ਵਿੱਚ ਖਸਾ ਆ ਕਿ ਨਹੀਂ ਹੁਣ ਇੱਥੇ ਸਾਡਾ ਕੁਝ ਨਹੀਂ ਰਿਹਾ ਇਹਨਾ ਪੁਰਾਣਾ ਤੁਸੀਂ ਜ਼ਿਕਰ ਕਰ ਰਹੇ ਹੋ 35 ਪੈਂਦੀ 40 ਵਾਲੇ ਸਾਲ ਦਾ ਉਹ ਮੈਂ ਕਿਸੇ ਤੇ ਪਰਸਨਲ ਟਿੱਪਣੀ ਨਹੀਂ ਕਰਾਂਗਾ ਬਟ ਇਹ ਡੈਫੀਨੇਟ ਹੈ ਵੀ ਪਾਰਟੀ ਦੇ ਵਿੱਚ ਜਦੋਂ ਵੀ ਐ ਪਾਰਟੀ ਦੇ ਫੈਸਲੇ ਹੁੰਦੇ ਨੇ ਤੇ ਫਿਰ ਇਹ ਕਲੈਕਟਿਵ ਫੈਸਲਾ ਹੁੰਦਾ ਹੈ ਕਲੈਕਟਿਵ ਫੈਸਲਾ ਹੁੰਦਾ ਵੀ ਜਿਹੜੇ ਸਿਟਿੰਗ ਐਮ ਐਲ ਏਜ਼ ਨੇ ਜਿਹੜੇ ਤੁਹਾਡੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਤੁਸੀਂ ਕੌਨਫੀਡੈਂਸ ਲੈ ਕੇ ਸਾਰੇ ਕੰਮ ਕਰੋ ਇਹਨਾਂ ਨੇ ਕਿਤੇ ਵੀ ਕਿਸੇ ਨੂੰ ਕੌਨਫੀਡੈਂਸ ਲੈ ਕੇ ਕੋਈ ਕੰਮ ਨਹੀਂ ਕੀਤਾ ਕੋਈ ਕਲੈਕਟਿਵ ਲੀਡਰਸ਼ਿਪ ਨਹੀਂ ਪਿਛਲੀ ਵਾਰ ਕਾਂਗਰਸ ਕਿਉਂ ਜਿੱਤੀ ਕਿਉਂਕਿ ਇੱਕ ਲੀਡਰਸ਼ਿਪ ਕੈਪਟਨ ਅਮਰਿੰਦਰ ਸਿੰਘ ਦੇ ਥੱਲੇ ਸੀ ਕੈਪਟਨ ਅਮਰਿੰਦਰ ਸਿੰਘ ਵਾਸ ਲੀਡਿੰਗ ਦਾ ਕਾਂਗਰਸ ਅੱਜ ਜੇ ਤੁਸੀਂ ਮੈਨੂੰ ਦੱਸੋ ਕਾਂਗਰਸ ਚ ਕੌਣ ਲੀਡ ਕਰ ਰਿਹਾ ਹੈ ਕੋਈ ਲੀਡ ਨਹੀਂ ਕਰ ਰਿਹਾ ਜਦੋਂ ਕੋਈ ਟੀਮ ਦਾ ਕੈਪਟਨ ਹੀ ਕੋਈ ਨਾ ਹੋਵੇ ਕੋਈ ਲੀਡਰ ਹੀ ਨਾ ਲੀਡ ਕਰਨ ਵਾਲਾ ਹੋਵੇ ਤੇ ਫਿਰ ਤੁਹਾਨੂੰ ਪਤਾ ਉਹਦੇ ਨਤੀਜੇ ਕੀ ਹੋਣੇ ਨੇ ਨਤੀਜੇ ਸਾਨੂੰ ਤੇ ਦਿਖ ਰਹੇ ਨੇ ਸਾਨੂੰ ਨਤੀਜੇ ਦਿਖ ਰਹੇ ਆ ਤੋ ਇਸ ਕਰਕੇ ਅਸੀਂ ਵੇਖਨੇ ਆ ਵੀ ਮੁਕਾਬਲੇ ਦੇ ਵਿੱਚ ਹੁਣ ਉਹ ਆਪਣੀ ਟੀਮ ਲੈ ਕੇ ਆਣਗੇ ਅਸੀਂ ਉਹਦਾ ਜਵਾਬ ਦੇਵਾਂਗੇ ਟਾਈਮ ਨਾਲ ਠੀਕ ਹੈ ਬਸ ਮੈਂ ਤੁਹਾਡੇ ਕੋ ਵੀ ਆ ਰਹੇ ਹਾਂ ਤਾਂ ਬਲਵਿੰਦਰ ਜੀ ਇੱਥੇ ਗੱਲ ਹੋ ਰਹੀ ਹੈ ਕਿ ਟੀਮ ਦੀ ਗੱਲ ਹੋ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਜੋ ਵੀ ਚਲੋ ਆਪਸ ਦੇ ਵਿੱਚ ਕਾਂਗਰਸ ਦਾ ਪਹਿਲਾਂ 카ਟੋਕਲੇਸ਼ ਲਿਆ ਤਾਂ ਲੱਗਦਾ ਨਹੀਂ ਕਿ ਚੰਨੀ ਇੱਕ ਵਧੀਆ ਲੀਡਰ ਨੇ ਉਹ ਲੀਡ ਨਹੀਂ ਕਰ ਸਕਦੇ ਔਰ ਅਗਲੇ ਇਲੈਕਸ਼ਨ ਤੁਹਾਨੂੰ ਨਹੀਂ ਚਦਾ ਸਕਦੇ ਅਗਰ ਉਹਨਾਂ ਦੇ ਚਿਹਰੇ ਤੇ ਆਪਾਂ ਲੜਦੇ ਹਾਂ ਲੀਡਰਸ਼ਿਪ ਦੀ ਗੱਲ ਕਰੀ ਜਿਵੇਂ ਪਿਛਲੇ ਇਲੈਕਸ਼ਨ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦੇ ਉੱਪਰ ਲੜੇ ਗਏ ਸੀ ਦੇਖੋ ਗੱਲ ਇਹ ਹੈ ਕਿ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਿਉਂਕਿ ਉਹ ਇਸ ਕਰਕੇ ਕਿ ਸਾਡਾ ਆਪਣਾ ਬਣ ਗਿਆ ਤੇ ਸਾਨੂੰ ਪੂਰਾ ਸਰਕਾਰ ਤੇ ਉਹਨੂੰ ਮਾਨ ਬਹੁਤ سارے ਸਾਡੇ ਲੋਕ ਜਿਹੜੇ ਸੀ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕਿਹਾ ਕਿ ਇਸ ਵਾਰ ਅਸੀਂ ਫਿਰ ਕਾਂਗਰਸ ਪਾਰਟੀ ਨੂੰ ਮੌਕਾ ਦੇਣਾ ਸੋ ਥੋੜੇ ਥੋੜੇ ਜਦੋਂ ਜੂ ਥੋੜਾ ਥੋੜਾ ਕੰਮ ਚੱਲਦਾ ਰਿਹਾ ਪਰ ਜਿਸ ਹੁਣ ਤੁਸੀਂ ਦੇਖ ਰਹੇ ਹੋ ਕਿ ਜੇ ਪ੍ਰਧਾਨ ਜੀ ਕੁਝ ਬੋਲਦੇ ਨੇ ਚੰਨੀ ਸਾਹਿਬ ਕੁਝ ਬੋਲਦੇ ਨੇ ਜੇ ਚੰਨੀ ਸਾਹਿਬ ਕੋ ਜਾਣੇ ਆ ਤੇ ਪ੍ਰਧਾਨ ਜੀ ਨਾਰਾਜ਼ ਹੋ ਜਾਂਦੇ ਨੇ ਤੇ ਪ੍ਰਧਾਨ ਜੀ ਕੋ ਜਾਓ ਤੇ ਚੰਨੀ ਸਾਹਿਬ ਨਾਰਾਜ਼ ਹੋ ਜਾਂਦੇ ਨੇ ਸੋ ਕਾਟੋ ਕਲੇਸ਼ ਕਰਕੇ ਜਿੱਥੇ ਹਮੇਸ਼ਾ ਇੱਕ ਕਹਾਵਤ ਹੈ ਕਿ ਘਰ ਦੇ ਵਿੱਚ ਜਦੋਂ ਕਲੇਸ਼ ਆਉਂਦਾ ਨਾ ਉਹ ਫਿਰ ਕਰਦਾ ਨੁਕਸਾਨ ਹੀ ਹੁੰਦਾ। ਇਸ ਕਰਦੇ ਵਿੱਚ ਕਲੇਸ਼ ਦੀ ਗੱਲ ਕੀਤੀ ਹੈ ਪਰ ਬਾਜਬਾਬ ਸਾਹਿਬ ਤੋਂ ਲੱਗਦਾ ਨਹੀਂ ਕਿ ਪਹਿਲਾਂ ਇਕੱਲੇ ਕੈਪਟਨ ਮਨਿੰਦਰ ਸਿੰਘ ਇਕੱਲੇ ਕੈਪਟਨ ਸੀਗੇ ਹੁਣ ਤਾਂ ਸਾਰੇ ਬਾਜਬਾਬ ਸਾਹਿਬ ਵੀ ਕੈਪਟਨ ਨੇ ਬਲਵਿੰਦਰ ਲਾਢੀ ਵੀ ਕੈਪਟਨ ਨਵਜੋਤ ਸਿੰਘ ਸਿੱਧੂ ਵੀ ਕੈਪਟਨ ਹੈ ਔਰ ਚਰਨਜੀਤ ਚੰਨੀ ਤਾਂ ਕੈਪਟਨ ਹੈਗੇ ਨੇ ਸਾਰਿਆਂ ਕੋਲ ਖੁਦ ਮੁਖਤਿਆਰੀ ਸੀ ਔਰ ਚਰਨੀ ਚੰਨੀ ਤਾਂ ਪਹਿਲਾਂ ਹੀ ਕਹਿ ਰਹੇ ਨੇ ਕਿ ਆਮ ਲੋਕਾਂ ਦੀ ਸਰਕਾਰ ਹੋ ਮੈਂ ਖੁਦ ਆਮ ਲੋਕਾਂ ਦੇਖੋ ਇਹ ਗੱਲ ਗਲਤ ਹੈ ਵੀ ਤੁਸੀਂ ਕਹਿੰਦੇ ਤੁਸੀਂ ਵੀ ਕੈਪਟਨ ਹੋ ਫਲਾਣਾ ਵੀ ਕੈਪਟਨ ਹੈ ਕੈਪਟਨ ਹੋ ਹੁੰਦਾ ਜਿਹਨੂੰ ਪਾਰਟੀ ਥਾਪਦੀ ਹੈ ਇਹ ਇ ਤੇ ਬੰਦੇ 'ਚ ਇੰਨਾ ਧੀਰਜ ਹੋਣਾ ਚਾਹੀਦਾ ਵੀ ਪਾਰਟੀ ਤੇ ਛੱਡੇ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਤੇ ਲੋਕਾਂ ਦਾ ਵਿਸ਼ਵਾਸ ਹੀ ਸਾਰੀ ਪਾਰਟੀ ਨੇ ਉਹਨਾਂ ਦੇ ਹੀ ਰਹਿਨਮਾਈ ਥਲੇ ਪਿਛਲੇ ਇਲੈਕਸ਼ਨ ਲੜੀ ਹੈ। ਔਰ ਤੁਸੀਂ ਦੇਖ ਲਓ ਕਿੰਨੀਆਂ ਕਾਂਗਰਸ ਨੇ ਉਦੋਂ 77 ਸੀਟਾਂ ਜਿੱਤ ਕੇ ਅਸੀਂ ਕਾਮਯਾਬ ਹੋ ਕੇ ਆਏ। ਪਰ ਜਿਸ ਵੇਲੇ ਉਹਨਾਂ ਨੂੰ ਤਾਰਿਆ ਗਿਆ ਤੁਹਾਡੀ ਵੀ ਸਹਿਮਤੀ ਵਿੱਚ ਸੀ। ਕੋਈ ਸਹਿਮਤੀ ਕਦੀ ਸਹਿਮਤੀ ਸੀ। ਸਹਿਮਤੀ ਕੋਈ ਕਿਸੇ ਨੂੰ ਪੁੱਛਿਆ ਗਿਆ ਸੀ ਉਹ ਤੇ ਉਹਨਾਂ ਨੇ ਇੱਕ ਆਰਡਰ ਪੜ੍ਹਿਆ ਤੇ ਸੁਨਾਤਾ। ਸਹਿਮਤੀ ਕਦੀ ਦੇਖੋ ਸਹਿਮਤੀ ਤਾਂ ਹੁੰਦੀ ਵੀ ਕੈਪਟਨ ਸਾਹਿਬ ਨੂੰ ਉੱਥੇ ਬੁਲਾਇਆ ਹੁੰਦਾ। ਉਹ ਸੀਐਲਪੀ ਦੀ ਮੀਟਿੰਗ ਵਿੱਚ ਉਹ ਚੇਅਰ ਕਰਦੇ ਕਿਉਂਕਿ ਹੀ ਵਾਸ ਲੀਡਰ ਆਫ ਦਾ ਹਾਊਸ ਤੇ ਜਦੋਂ ਲੀਡਰ ਆਫ ਦਾ ਹਾਊਸ ਨੂੰ ਬੁਲਾ ਕੇ ਤੁਸੀਂ ਕੋਈ ਕਹਿ ਦਿਓ ਜੀ ਇਹ ਚਿੱਠੀ ਸਾਈਨ ਕਰ ਦਿਓ ਤੇ ਚਿੱਠੀ ਸਾਈਨ ਨੂੰ ਹੁਕਮ ਸੁਣਾਇਆ ਗਿਆ ਹੁਕਮ ਕੋਲਰੇ ਹੁਕਮ ਤਾਂ ਫਿਰ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੇ ਸੁਣਾਇਆ ਹੋਣਾ ਫੈਸਲਾ ਗਲਤ ਸੀ ਉਹ ਜੋ ਵੀ ਸੁਣਾਇਆ ਜੋ ਵੀ ਕੀਤਾ ਇਹ ਢੰਗ ਗਲਤ ਸੀ ਮੈਂ ਫੈਸਲੇ ਦੀ ਨਹੀਂ ਕਰਦਾ ਫੈਸਲਾ ਹਾਈ ਕਮਾਂਡ ਜੋ ਕਰਦੀ ਹੈ ਉਹ ਸੋਚ ਸਮਝ ਕੇ ਕਰਦੀ ਹੈ ਸੀਸ ਨਿਵਾ ਕੇ ਉਹਨੂੰ ਮੰਨਣਾ ਚਾਹੀਦਾ ਪਰ ਤਰੀਕਾ ਕਰ ਗਲਤ ਸੀ ਆ ਆਮ ਆਦਮੀ ਪਾਰਟੀ ਕਹਿ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੱਡੀ ਪਾਰਟੀ ਬਣ ਕੇ ਉਭਦਰੀ ਹੈ ਇਲੈਕਸ਼ਨ ਹੋਏ ਨੇ ਦੋ ਦਿਨ ਪਹਿਲਾਂ ਹੀ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਕੌਂਸਲਰ ਨੂੰ ਕਾਲ ਆ ਰਹੀ ਹੈ ਵੱਡੇ ਵੱਡੇ ਆਫਰ ਦਿੱਤੇ ਜਾ ਰਹੇ ਨੇ 50 ਤੋਂ 75 ਲੱਖ ਰੁਪਏ ਦੀ ਗੱਲ ਕੀਤੀ ਆ ਤਾਂ ਕਾਂਗਰਸ ਵਾਲੇ ਵੀ ਹੁਣ ਜਾ ਰਹੇ ਨੇ ਬਾਕੀ ਸਟੇਟ ਦੇ ਵਿੱਚ ਵੀ ਦੇਖਿਆ ਕਿ ਬੀਜੇਪੀ ਦੇ ਵਿੱਚ ਜ਼ਿਆਦਾਤਰ ਸ਼ਮੂਲੀਅਤ ਕਾਂਗਰਸ ਦੀ ਐਮਐਲਏ ਦੀ ਹੁੰਦੀ ਆ ਤੁਹਾਨੂੰ ਅਪਰੋਚ ਕੀਤੀ ਕਿ ਇਦਾਂ ਦੀ ਨਹੀਂ ਮੈਨੂੰ ਅਪਰੋਚ ਕਿਸੇ ਨੇ ਨਹੀਂ ਕੀਤੀ ਨਾ ਮੇਰੇ ਖਿਆਲ ਬੀਜੇਪੀ ਇਹੋ ਜੀ ਇਸ ਕਿਸਮ ਦੀ ਪੋਚਿੰਗ ਕਰਦੀ ਹੈ ਜੇ ਕੋਈ ਆਪ ਆਣਾ ਚਾਹਦਾ ਜੇ ਕੋਈ ਆਪ ਚੰਗੀ ਪਾਰਟੀ ਨਾਲ ਮਿਲਣਾ ਚਾਹੁੰਦਾ ਹੈ ਤੇ ਹਰ ਪਾਰਟੀ ਵੈਲਕਮ ਕਰਦੀ ਹੈ ਤੇ ਜੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਕੋਈ ਕਾਰਪੋਰੇਟਰ ਆਣਾ ਚਾਹਣਗੇ ਜਾਂ ਕੋਈ ਉਹ ਜੀ ਹੋਏਗੀ ਇਹ ਪਾਰਟੀ ਨੂੰ ਪਤਾ ਉਹ ਤੇ ਸਾਡਾ ਨਾ ਸਾਨੂੰ ਕਿਸੇ ਨੇ ਅਪਰੋਚ ਕੀਤੀ ਹੈ ਨਾ ਇਹ ਇਸ ਕਿਸਮ ਦਾ ਕੰਮ ਕਰਦੇ ਤੁਸੀਂ ਕੈਪਟਨ ਦਾ ਜ਼ਿਕਰ ਕਰਿਆ ਔਰ ਪਿਛਲੀ ਵਾਰ ਵੀ ਗੱਲ ਕਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦਾ ਮਤਲਬ ਸਿਰਫ ਕੈਪਟਨ ਅਮਰਿੰਦਰ ਸਿੰਘ ਆ ਔਰ ਉਦੋਂ ਵੀ ਕਈ ਗੱਲਾਂ ਨੇ ਕਿਹਾ ਸੀ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚੋਂ ਮੁੱਖ ਮੰਤਰੀ ਤੋਂ ਉਤਾਰੇ ਜਾਂਦੇ ਨੇ ਤਾਂ ਇਸ ਦਾ ਵੱਡਾ ਪੁਚਾਲ ਆਵੇਗਾ ਤਾਂ ਲੱਗਦਾ ਕਿ ਉਹ ਫੈਸਲਾ ਸੀ ਉਸ ਦੀ ਬਦੌਲਤ ਜੋ ਅੱਜ ਕਾਂਗਰਸ ਦੇ ਵਿੱਚ ਹੋ ਰਿਹਾ ਜਿਸ ਤਰੀਕੇ ਨਾਲ ਲੋਕ ਛੱਡ ਰਹੇ ਨੇ ਸਿਰਫ ਉਸ ਸੋਨੀਆ ਗਾਂਧੀ ਦੇ ਉਸ ਫੈਸਲੇ ਦੀ ਬਦੌਲਤ ਅਜ ਹੋ ਰਿਹਾ ਦੇਖੋ ਮੇਰੇ ਖਿਆਲ ਕਿਤੇ ਨਾ ਕਿਤੇ ਸੀਨੀਅਰ ਲੀਡਰਸ਼ਿਪ ਵੀ ਇਸ ਗੱਲ ਤੇ ਅੱਜ ਇਹ ਸੋਚਦੀ ਹੋਏਗੀ ਵੀ ਜੋ ਅਸੀਂ ਫੈਸਲਾ ਕੀਤਾ ਉਹ ਗਲਤ ਸੀ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਆਪਣੀ ਪਾਰਟੀ ਨਾ ਬਣਾਦੇ ਜੇ ਉਹਨਾਂ ਨੂੰ ਕਿਸੇ ਢੰਗ ਤੇ ਇੱਜ਼ਤ ਨਾਲ ਇਹ ਗੱਲ ਕਨਵੇ ਕੀਤੀ ਜਾਂਦੀ ਜਦੋਂ ਕਿਸੇ ਦੀ ਤੁਸੀਂ ਪੱਗ ਨੂੰ ਹੱਥ ਪਾਓਗੇ ਜਦੋਂ ਤੁਸੀਂ ਕਿਸੇ ਦੇ ਦਿਲ ਨੂੰ ਦਿਖਾਓਗੇ ਤੇ ਫਿਰ ਬੰਦਾ ਫਿਰ ਆਪਣੀ ਜੋ ਵਾਹ ਲੱਗਦੀ ਉਹ ਲਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਇੰਨੇ ਸਾਲ 50 ਸਾਲ ਉਹਨਾਂ ਨੇ ਕਾਂਗਰਸ ਨਾਲ ਕੱਟੇ ਐ ਉਹਨਾਂ ਦੀ ਵਫਾਦਾਰੀ ਤੇ ਕੋਈ ਸ਼ੱਕ ਨਹੀਂ ਸੀ ਪਰ ਜਿਸ ਵਕਤ ਤੁਸੀਂ ਇੱਕ ਮੁੱਖ ਮੰਤਰੀ ਨੂੰ ਜਿਸ ਤਰੀਕੇ ਨਾਲ ਉਹਨਾਂ ਨੂੰ ਲਾਇਆ ਗਿਆ ਜਾਂ ਇੱਕ ਤਰੀਕੇ ਨਾਲ ਬੇਇਜ਼ਤ ਕੀਤਾ ਗਿਆ ਉਹ ਕੋਈ ਵੀ ਨਹੀਂ ਚੱਲਦਾ ਸੋ ਜੋ ਸਾਡੀ ਪਾਰਟੀ ਲੀਡਰਸ਼ਿਪ ਨੇ ਇਹ ਮਸਲੇ ਨੂੰ ਹੈਂਡਲ ਠੀਕ ਨਹੀਂ ਕੀਤਾ ਜੇ ਇਹਨੂੰ ਹੈਂਡਲ ਠੀਕ ਕੀਤਾ ਜਾਂਦਾ ਤੇ ਕੈਪਟਨ ਸਾਹਿਬ ਕਦੀ ਵੀ ਆਪਣੀ ਪਾਰਟੀ ਦੇ ਖਿਲਾਫ ਵਗਾਵਤ ਨਾ ਕਰਦੇ ਪਾਰਟੀ ਨਾ ਬਣਾਉਂਦੇ ਤੇ ਇਹ ਅੱਜ ਦੇ ਹਾਲਾਤ ਪੈਦਾ ਨਾ ਹੁੰਦੇ ਅੱਜ ਦੇ ਹਾਲਾਤ ਪੈਦਾ ਸਿਰਫ ਲੀਡਰਸ਼ਿਪ ਦੀ ਉਸ ਵਕਤ ਦੀ ਜਿਹੜੇ ਸਲਾਹਕਾਰ ਸੀ ਉਹ ਸਲਾਹਕਾਰਾਂ ਨੇ ਉਹਨਾਂ ਨੂੰ ਸਹੀ ਸਲਾਹ ਨਹੀਂ ਦਿੱਤੀ ਲਾੜੀ ਸਾਹਿਬ ਇਲੈਕਸ਼ਨ ਦੇ ਵਿੱਚ ਬਹੁਤਾ ਸਮਾਂ ਨਹੀਂ ਬਚਿਆ ਕੀ ਲੱਗਦਾ ਕੀ ਜਿਹੜਾ ਇਹ ਸਿਆਸੀ ਹਲਚਲ ਹੋਈ ਹੈ ਜਿਵੇਂ ਕਹਿ ਰਹੇ ਸੀ ਜਿਹੜਾ ਇੱਕ ਪਰਿਵਾਰ ਸੀ ਕਾਂਗਰਸ ਦਾ ਉਹ ਖੇਰੂ ਖੇਰੂ ਹੋ ਰਿਹਾ ਤਾਂ ਇਹ ਹੋਰ ਜ਼ਿਆਦਾ ਹਲੇ ਅੱਗੇ ਵਧੀ ਗੱਲ ਦੇਖੋ ਇਹ ਤੁਸੀਂ ਸਾਡੇ ਤੋਂ ਵੱਧ ਜਾਣਦੇ ਹੋ ਕਿ ਜੋ ਹਾਲਾਤ ਅੱਜ ਬਣ ਗਏ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇੱਕ ਬਹੁਤ ਵੱਡੇ ਪਦਰ ਤੇ ਜਿਹੜੀ ਕਿ ਭਾਜਪਾ ਜਿਹੜੀ ਸਾਡੀ ਪਾਰਟੀ ਹੈ ਉਹਦੇ ਚ ਸ਼ਾਮਲ ਹੋ ਰਹੇ ਨੇ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਅਸੀਂ ਸਾਰੇ ਰਲ ਕੇ ਜਿੱਦਾਂ ਬਾਜਾ ਸਾਹਿਬ ਨੇ ਕਿਹਾ ਕਿ ਅਸੀਂ ਜੋ ਹਾਈ ਕਮਾਂਡ ਨੂੰ ਵਿਸ਼ਵਾਸ ਦਵਾਇਆ ਭਾਜਪੀ ਨੂੰ ਕਿ ਪੰਜਾਬ ਚ ਇਸ ਵਾਰ ਬੀਜ ਦੀ ਸਰਕਾਰ ਬਣੂਗੀ ਔਰ ਬਹੁਤ ਭਾਰੀ ਬਹੁਮਤ ਨਾਲ ਜਿਹੜੀ ਕਿ ਇਹ ਜਿਹੜੀ ਭਾਜਪਾ ਜਿਹੜੀ ਆ ਉਹ ਅੱਗੇ ਵਧੇਗੀ ਭਾਰੀ ਬਹੁਮਤ ਦੀ ਗੱਲ ਹੋ ਰਹੀ ਹੈ ਤੁਸੀਂ ਕਮਲ ਹੱਥ ਵਿੱਚ ਫੜ ਲਿਆ ਉਹ ਤੁਹਾਨੂੰ ਦੇਖ ਸਕਦੇ ਹੋ ਕਿ ਜੋਸ਼ ਵੀ ਠਾਠਾ ਮਾਰ ਰਿਹਾ ਠੰਡ ਦੇ ਵਿੱਚ ਅੱਧੀਆਂ ਵਾਂ ਤੁਸੀਂ ਕੁੜਤਾ ਪਾਇਆ ਬਾਜਵਾ ਸਾਹਿਬ ਗੱਲ ਇਹ ਹੋ ਰਹੀ ਹੈ ਕਿ ਹੁਣ ਅਗਲੇ ਮਹੀਨੇ ਜਿਹੜੀ ਹੈ ਉਹ ਰੈਲੀ ਹੋ ਰਹੀ ਹੈ ਪ੍ਰਧਾਨ ਮੰਤਰੀ ਦੀ ਕਾਨੂੰਨਾ ਤੋਂ ਬਾਅਦ ਇਹ ਪਹਿਲੀ ਵੱਡੀ ਰੈਲੀ ਹੋਏਗੀ ਕੀ ਲੱਗਦਾ ਕਿਵੇਂ ਲੋਕਾਂ ਨੂੰ ਕਨਵਿੰਸ ਕਰ ਪਾਓਗੇ ਕਿਉਂਕਿ ਲੋਕ ਕਹਿ ਰਹੇ ਨੇ ਕਿ ਸਿਰਫ ਇਹ ਸਿਆਸੀ ਸਟੰਟ ਖੇਲੇ ਜਾ ਰਹੇ ਇੱਕ ਇੱਕ ਬਹੁਤ ਵੱਡਾ ਹਜੂਮ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਤੇ ਸੁਣਨ ਲਈ ਆਏਗਾ ਔਰ ਮੈਂ ਯਕੀਨ ਨਾਲ ਕਹਿ ਸਕਦਾ ਵੀ ਪੰਜਾਬ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਖੁਸ਼ ਕਰਕੇ ਜਾਣਗੇ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਿਸਾਨੀ ਹੈ ਚਾਹੇ ਉਹ ਵਪਾਰੀ ਹੈ ਤੇ ਚਾਹੇ ਉਹ ਪੰਜਾਬ ਦਾ ਵਸਨੀਕ ਹੈ ਹਰ ਬੰਦੇ ਦੇ ਉਹਨਾਂ ਨੂੰ ਪਤਾ ਹੈ ਉਸ ਨਵਜ ਨੂੰ ਪਛਾਣਦੇ ਨੇ ਔਰ ਮੈਂ ਤੁਹਾਨੂੰ ਦਵੇ ਨਾ ਗੱਲ ਕਹਿ ਸਕਦਾ ਵੀ ਬਹੁਤ ਵੱਡਾ ਤੋਹਫੇ ਜਿਹੜੇ ਨੇ ਉਹ ਪੰਜਾਬ ਨੂੰ ਦੇਣਗੇ ਔਰ ਮੈਂ ਯਕੀਨ ਨਾਲ ਇਹ ਗੱਲ ਕਹਿ ਸਕਦਾ ਵੀ ਅੱਜ ਪੰਜਾਬ ਦੇ ਲੋਕ ਵੀ ਇੱਕ ਤਗੜੀ ਲੀਡਰਸ਼ਿਪ ਨੂੰ ਵੱਲ ਦੇਖ ਰਹੇ ਨੇ ਔਰ ਉਹ ਸਮਝਦੇ ਨੇ ਵੀ ਦੇ ਆਰ ਦਾ ਪੀਪਲ ਹੂ ਮੀਨਸ एवरीथिंग ਉਹ ਡਿਟਰਮਿੰਡ ਇੱਕ ਪਾਰਟੀ ਹੈ ਡਿਸਿਪਲਿਨਡ ਪਾਰਟੀ ਹੈ ਮੈਂ ਤੁਹਾਨੂੰ ਇਹ ਕਹਿੰਦਾ ਜਿਹੜੀ ਪਾਰਟੀ ਸਵੇਰ ਦੇ 4 ਵਜੇ ਤੱਕ ਕੰਮ ਕਰਦੀ ਹੈ ਤੇ ਫਿਰ ਸਵੇਰੇ 8 ਵਜੇ ਕੰਮ ਸ਼ੁਰੂ ਹੋ ਜਾਂਦਾ ਪਾਰਟੀ ਇਹੋ ਜੀ ਲੀਡਰਸ਼ਿਪ ਚਾਹੀਦੀ ਹੈ ਔਰ ਇਸੇ ਕਾਰਨ ਜਿਹੜੀ ਭਾਜੀਪੀ ਦੇ ਨਾਲ ਕੰਮ ਕਰਕੇ ਤੁਹਾਨੂੰ ਸੁਆ ਦਿੰਦਾ ਅਹੀ ਰਾਤੀ 12 ਵਜੇ ਪਹੁੰਚੇ ਸਾਨੂੰ ਟੈਲੀਫੋਨ ਆਇਆ ਸਖਾਫਤ ਜੀ ਦਾ ਬਾਜਵਾ ਜੀ ਪਹੁੰਚ ਗਏ ਹੈ ਤੋ ਤੁਹਾਨੂੰ ਇਹ ਫੀਲ ਹੁੰਦਾ ਵੀ ਯੂ ਆਰ ਪਾਰਟ ਆਫ ਦਾ ਫੈਮਿਲੀ ਔਰ ਜਿਹੜਾ ਉਹਨਾਂ ਦੇ ਬਾਜਾ ਸਾਹਿਬ ਇਹ ਕਾਮ ਹੈ ਮੋਦੀ ਸਾਹਿਬ ਆ ਰਹੇ ਆ ਆਪਨੇ ਵਹਾਂ ਪਰ ਜਾ ਕੇ ਸਾਰਾ ਇੰਤਜ਼ਾਮ ਦੇਖਣਾ ਅਜੇ ਇੱਕ ਦਿਨ ਪਹਿਲੇ ਜੁਆਇਨ ਕੀਤੇ ਆ ਇੰਤਜ਼ਾਮ ਕੀ ਡਿਊਟੀ ਕੀ ਲਈ ਹੈ ਤੁਹਾਡੀ ਹੁਣ ਡਿਊਟੀ ਲਈਏ ਵੀ ਸਾਰੇ ਸਿਸਟਮ ਨੂੰ ਵੇਖੋ ਜਾ ਕੇ ਓਵਰਲੁੱਕ ਕਰੋ ਵੀ ਸਾਰੇ ਪ੍ਰੋਗਰਾਮ ਦਾ ਠੀਕ ਹੋ ਰਿਹਾ ਸਾਰੇ ਆਰਗੇਨਾਈਜ਼ ਕਰੋ ਇਸ ਫੰਕਸ਼ਨ ਨੂੰ ਸੋ ਯੂ ਫੀਲ ਪ੍ਰਾਊਡ ਤੁਸੀਂ ਤੋਹਫਿਆਂ ਦੀ ਗੱਲ ਕੀਤੀ ਹੈ ਕਿ ਉਸ ਰੈਲੀ ਦੇ ਵਿੱਚ ਪੰਜਾਬ ਨੂੰ ਵੱਡੇ ਤੋਹਫੇ ਮਿਲਣਗੇ ਕਿ ਉਹਨਾਂ ਤੋਹਫਿਆਂ ਦੇ ਵਿੱਚ ਇੱਕ ਚੰਡੀਗੜ੍ਹ ਵੀ ਹੈ ਲਗਾਤਾਰ ਇਹ ਚਰਚਾ ਹੋ ਰਹੀ ਹੈ ਕਈ ਪੋਲੀਟੀਕਲ ਪਾਰਟੀਆਂ ਵੀ ਕਹਿ ਰਹੀਆਂ ਹਨ ਕਿ ਪੰਜਾਬ ਨੂੰ ਸਿਰਫ ਸਿਆਸਤ ਦੇ ਚੱਲਦੇ ਜਿਹੜਾ ਚੰਡੀਗੜ੍ਹ ਉਹ ਪੰਜਾਬ ਨੂੰ ਦੇ ਸਕਦੀ ਹੈ ਬੀਜੇਪੀ ਕਿੰਨੇ ਕੁ ਜ਼ਿਆਦਾ ਮੁੱਖਤ ਸੱਚਾਈ ਔਰ ਇਹ ਗੱਲ ਹੋ ਸਕਦੀ ਹੈ ਦੇਖੋ ਇਹ ਇਹ ਪਾਰਟੀ ਲੀਡਰਸ਼ਿਪ ਨੂੰ ਪਤਾ ਹੈ ਪਰ ਜਿੱਦਾਂ ਤੁਸੀਂ ਕਿਹਾ ਵੀ ਸੁਣਨ ਚਾਹੀਏ ਅਸੀਂ ਵੀ ਸਾਡੇ ਵੀ ਸੁਣਨ ਚਾਹੀਏ ਵੀ ਸ਼ਾਇਦ ਇਸ ਕਿਸਮ ਦੀ ਆ ਕੋਈ ਅਨਾਉਂਸ ਕਰ ਅਨਾਉਂਸਮੈਂਟ ਹੋ ਸਕਦੀ ਹੈ ਪਰ ਬਹੁਤ ਸਾਰਾ ਜਿੱਦਾਂ ਇੰਡਸਟਰੀਅਲ ਪਾਰਕ ਹੈਗਾ ਜਿੱਦਾਂ ਬਦੀ ਹਿਮਾਚਲ ਨੂੰ ਉਹਨਾਂ ਨੇ ਉਹ ਛੋੜ ਦਿੱਤੀ ਹੈ ਇੰਡਸਟਰੀ ਦੀ ਅਸੀਂ ਵੀ ਸਬਸਿਡਾਈਜ਼ਡ ਬਾਰਡਰ ਡਿਸਟ੍ਰਿਕਟਸ ਨੇ ਉਹਨਾਂ ਲਈ ਅਸੀਂ ਡਿਮਾਂਡ ਕੀਤੀ ਹੈ ਔਰ ਅਸੀਂ ਸਮਝਦੇ ਹਾਂ ਵੀ ਲੋੜ ਹੈ ਪੰਜਾਬ ਨੂੰ ਅੱਜ ਇੰਡਸਟਰੀ ਦੀ ਸੋ ਪ੍ਰਾਈਮ ਮਿਨਿਸਟਰ ਸਾਹਿਬ ਦੇਖ ਕੇ ਜਾਣ ਕੇ ਅਨਾਉਂਸਮੈਂਟ ਕਰਨਗੇ ਬਹੁਤ ਵੱਡੇ ਵੱਡੇ ਇੱਕ ਜਿੱਦਾਂ ਵਾਗਾ ਬਾਰਡਰ ਨੂੰ ਖੋਲ ਕੇ ਉਹ ਇੱਕ ਵਪਾਰ ਦਾ ਰੂਟ ਬਣਾਇਆ ਜਾਏਗਾ ਸੋ ਅਸੀਂ ਸਮਝਦੇ ਹਾਂ ਬਹੁਤ ਸਾਰੇ ਇਹ ਬਾਕੀ ਛੋਟੇ ਛੋਟੇ एलान ਤਾਂ بڑے ਹੋਣਗੇ ਕਰਨਗੇ ਔਰ ਕਰਕੇ ਵਖਾਨਗੇ ਕਿਉਂਕਿ ਮੋਦੀ ਸਾਹਿਬ ਨੇ ਇੱਕ ਗੱਲ ਦੱਸੀ ਹੈ ਵੀ ਜਿਹੜੀ ਉਹ ਗੱਲ ਕਹਿੰਦੇ ਨੇ ਉਹਨੂੰ ਉੱਤੇ ਉਹ ਫੁੱਲ ਚੜਾਉਂਦੇ ਨੇ ਸੋ ਵੀ ਆਲ ਆਰ ਲੁਕਿੰਗ ਐਟ 5th ਆਫ ਜਨੂਰੀ ਜਿਸ ਦਿਨ ਉਹ ਆ ਕੇ ਤੇ ਪੰਜਾਬ ਨੂੰ ਕੋਈ ਵਧੀਆ ਵਧੀਆ ਤੋਹਫੇ ਅਨਾਉਂਸਮੈਂਟਸ ਤੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵੜਨ ਪੰਜਾਬ ਦੇ ਲੋਕਾਂ ਦੇ ਦਿਲਾਂ ਦੀ ਤੰਦ ਬਨਨ ਔਰ ਸਾਨੂੰ ਪੂਰਨ ਯਕੀਨ ਹੈ ਵੀ ਬੀਜੇਪੀ ਲੀਡਰਸ਼ਿਪ ਉਸ ਵੱਲ ਜਾ ਰਹੀ ਹੈ ਔਰ ਉਹ ਕਰਕੇ ਵਿਖਾਏਗੀ ਵੀ ਆ 100% ਸ਼ੋਰ ਵੀ ਅਸੀਂ ਪੰਜਾਬ ਦੇ ਵਿੱਚ ਆਪਣਾ ਕਮਲ ਦਾ ਫੁੱਲ ਖਿਲਾਵਾਂਗੇ ਔਰ ਜਿਹੜੀਆਂ ਦੂਜੀ ਪਾਰਟੀਆਂ ਦੀ ਅੱਖਾਂ ਖੋਲਾਂਗੇ ਵੀ ਪਾਰਟੀ ਤੇ ਲੀਡਰਸ਼ਿਪ ਦਾ ਮਤਲਬ ਕੀ ਹੈ ਲੋਕਾਂ ਦੀ ਸਵਿੰਗ ਲੋਕਾਂ ਦਾ ਪਿਆਰ ਇਹ ਮੈਂ ਗੱਲ ਸਮਝਾਈ ਵੀ ਹੈ ਉਹਨਾਂ ਨੂੰ ਵੀ ਅਸੀਂ ਥੱਲੋਂ ਤੁਰਨਾ ਹੈ ਔਰ ਉਹ ਸਮਝ ਦੇਣੇ ਐਂਡ ਦੇ ਆ ਡਿਟਰਮਿੰਡ ਉਹ ਕਹਿੰਦੇ ਨੇ ਵੀ ਬਾਜਵਾ ਜੀ ਤੁਸੀਂ ਵੇਖੋਗੇ ਵੀ ਅਸੀਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਲੈ ਕੇ ਆਵਾਂਗੇ ਦੈਟ ਇਜ਼ ਦੈਟ ਇਜ਼ ਅ ਸਪਿਰਿਟ ਤੁਸੀਂ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰ ਰਹੇ ਹੋ ਤੁਸੀਂ ਆਰਥਿਕ ਇਕਨੋਮਿਕਲੀ ਗਰੋਥ ਦੀ ਗੱਲ ਕਰ ਰਹੇ ਹੋ ਪਰ ਜਿਸ ਤਰੀਕੇ ਦੇ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਇਲੈਕਸ਼ਨ ਤੋਂ ਠੀਕ ਪਹਿਲਾਂ ਲਗਾਤਾਰ ਬਿਆਦਬੀਆਂ ਹੁੰਦੀਆਂ ਨੇ ਹੁਣ ਲੁਧਿਆਣਾ ਦੇ ਵਿੱਚ ਕੋਰਟ ਦੇ ਵਿੱਚ ਬਲਾਸਟ ਹੋਇਆ ਔਰ ਜਿਹੜੇ ਵਿਦੇਸ਼ਾਂ ਵਿੱਚ ਲਿੰਕ ਰੋਡ ਰਹੇ ਨੇ ਕਿਵੇਂ ਦੇਖਦੇ ਹੋ ਇਸ ਜਿਹੜੀ ਦੈਟ ਸ਼ੋਜ਼ ਦਾ ਵੀਕ ਗਵਰਨਮੈਂਟ ਆਫ ਪੰਜਾਬ ਜਿੱਤੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਜਦੋਂ ਤੁਹਾਨੂੰ ਪਤਾ ਹੈ ਇਲੈਕਸ਼ਨ ਦਾ ਟਾਈਮ ਹੈ ਵਨ ਸ਼ੁੱਡ ਬੀ ਟੋਟਲੀ ਦੇ ਸ਼ੁੱਡ ਪੁੱਲ ਅਪ देयर ਸੌਕਸ اور ਉਹਨਾਂ ਨੂੰ ਆਪਣੀ ਡਿਊਟੀ ਕਰਨੀ ਚਾਹੀਦੀ ਹੈ ਇਸ ਕਰਕੇ ਤੁਸੀਂ ਵੇਖਦੇ ਹੋ ਵੀ ਇੱਕ ਸਟਰੋਂਗ ਲੀਡਰਸ਼ਿਪ ਇੱਕ ਸਟਰੋਂਗ ਗਵਰਨਮੈਂਟ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਤੁਸੀਂ ਇਹੋ ਜੇ ਜਿਹੜੀਆਂ ਵਾਰਦਾਤਾ ਹੋ ਰਹੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਅੱਗੇ ਪੰਜਾਬ ਉਹਨਾਂ ਕਾਲੇ ਹਨੇਰਿਆਂ ਦੇ ਵਿੱਚੋਂ ਲੰਘਿਆ ਇੱਕ ਦਹਾਕਾ ਅਸੀਂ 80 ਤੋਂ ਲੈ ਕੇ ਦੇ अर्ली 90s ਤੱਕ ਅਸੀਂ ਵੇਖਿਆ ਅਸੀਂ ਪੰਜਾਬ ਨੂੰ ਬਲਦਾ ਵੇਖਿਆ ਔਰ ਅਸੀਂ ਇਹ ਅਹਿਸਾਸ ਕਰਦੇ ਆਂ ਵੀ ਇੱਕੋ ਹੀ ਇੱਕ ਸਰਕਾਰ ਆ ਜਿਹੜੀ ਬੀਜੇਪੀ ਦੀ ਸਰਕਾਰ ਜਿਹੜੀ ਇਹਨੂੰ ਨੱਥ ਪਾ ਸਕਦੀ ਹੈ ਔਰ ਤੁਹਾਨੂੰ ਮੈਂ ਛੋਟੀ ਵੀ ਇੱਕ ਗੱਲ ਹੋਰ ਦੱਸਾਂ 84 ਦੇ ਦੰਗੇ ਦਿੱਲੀ ਦੇ ਵਿੱਚ ਜਿਹੜੇ ਹੋਏ ਕਾਂਗਰਸ ਤੇ ਉਹਨਾਂ ਲੋਗਾਂ ਨੂੰ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਜਿਹੜਾ ਉਸ ਦੰਗੇ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਸਜ਼ਾਵਾਂ ਨਹੀਂ ਦਿਵਾ ਸਕੇ ਜਿੱਦਾਂ ਕਿ ਬੀਚਪੇ ਮੋਦੀ ਸਾਹਿਬ ਨੇ ਇਨਸ਼ੋਰ ਕੀਤਾ ਔਰ ਵੇਖ ਲਓ ਅੱਜ ਸਜਨ ਕੁਮਾਰ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਐ ਇਹ ਹੁੰਦੀ ਪਾਰਟੀ ਡਿਟਰਮਿਨ ਡਿਟਰਮੀਨੇਸ਼ਨ ਇਹ ਹੁੰਦੀ ਹੈ ਇਹ ਵਿਲ ਜਦੋਂ ਤੁਸੀਂ ਲੋਕਾਂ 'ਚ ਇੱਕ ਮੈਸੇਜ ਦਿੰਦੇ ਹੋ ਵੀ ਯਾਰ ਇਹ ਬੜਾ ਵੱਡਾ ਧੱਕਾ ਹੋਇਆ ਸੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹ ਇਨਸਾਫ ਇਹੋ ਜੇ ਲੀਡਰ ਹੀ ਦਿਵਾ ਸਕਦੇ ਨੇ ਅ ਸਟਰੋਂਗ ਲੀਡਰਸ਼ਿਪ ਹੀ ਅੱਜ ਪੰਜਾਬ ਨੂੰ ਇਸ ਫਾਈਨੈਂਸ਼ੀਅਲ ਮੈਸ ਚੋਕ ਕਰਨ ਦੀ ਗੱਲ ਹੈ 3 ਲੱਖ ਦਾ ਕਰਜ਼ਾ ਅਸੀਂ ਪੰਜਾਬ ਨੂੰ ਲੋਕ ਪਾਰਟੀਆਂ ਪੋਲਿਟਿਕਲ ਪਾਰਟੀਆਂ ਕੇਜਰੀਵਾਲ ਸਾਹਿਬ ਵਰਗੇ ਆ ਕੇ ਇਹ 1000 ਰੁਪਿਆ ਔਰਤਾਂ ਨੂੰ ਦੇ ਦਿਓ ਜੀ ਕੀ ਗੱਲ ਅਸੀਂ ਕੋਈ ਮੰਗਤੇ ਆ ਫੋ ਨਹੀਂ ਨਹੀਂ ਜੀ ਸੋਸ਼ਲ ਸਿਕਿਉਰਿਟੀ ਦੇ ਹਿਸਾਬ ਨਾਲ ਕੀਤਾ ਸਾਨੂੰ ਮੰਗਤੇ ਨਾ ਬਣਾਓ ਪੰਜਾਬ ਦੇ ਲੋਕਾਂ ਨੂੰ ਜੋਬਸ ਕ੍ਰੀਏਟ ਕਰੋ ਨੌਜਵਾਨ ਬੱਚਿਆਂ ਨੂੰ ਇਥੋਂ ਦਾ ਭਵਿੱਖ ਬਣਾਓ ਕਿਉਂਕਿ ਯੂਥ ਦੇ ਸਿਰ ਤੇ ਹੀ ਤੁਹਾਡੀ ਤੁਹਾਡੇ ਦੇਸ਼ ਤੇ ਤੁਹਾਡੇ ਸੂਬੇ ਚੱਲਦੇ ਨੇ ਸੋ ਇਹ ਜਿਹੜੀ ਅਪਰੋਚ ਹੈ ਨਾ ਫ੍ਰੀ ਬੀਜ਼ ਦੇਣ ਦੀ ਵੀ ਆ ਵੀ ਬਿਜਲੀ ਵੀ ਦਿੱਤੀ ਪਾਣੀ ਵੀ ਦਿੱਤਾ ਆ ਵੀ ਦਿੱਤਾ ਉਹਦੇ ਇਹਦਾ ਖਰਚਾ ਕੌਣ ਚੱਲੇਗਾ ਜੀ ਤੁਸੀਂ ਇਹ ਕਹੋ ਵੀ ਇਹ ਖਰਚਾ ਆ ਤੁਹਾਡਾ ਕਰਜ਼ਾ ਅਸੀਂ 5 ਲੱਖ ਚ 3 ਲੱਖ ਰੁਪਏ ਕਰੋੜ ਦਾ ਅਸੀਂ ਲਾਵਾਂਗੇ ਨਹੀਂ ਆਵਾਂਗੇ ਸਾਨੂੰ ਵੋਟ ਨਾ ਪਾਏ ਉਹਦੀ ਹੈ ਤੁਹਾਡੀ ਡਿਟਰਮੀਨੇਸ਼ਨ ਪਾਰਟੀ ਜੋ ਕਹੇ ਅੱਜ ਪੰਜਾਬ ਨੂੰ ਇਸ ਮਾਸਿਓ ਕੱਢਣ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਤੁਸੀਂ ਵੇਖੋ ਕਰਜ਼ਾ ਕਦੀ ਵੀ ਜਦੋਂ ਚੜਦਾ ਉਹ ਲਾਥੇਦਾ ਹੀ ਨਹੀਂ ਉਹਦਾ ਵਿਆਜ ਹੀ ਨਹੀਂ ਲੱਥਦਾ ਸੋ ਇਹ ਅੱਜ ਸਾਨੂੰ ਉਹ ਪਾਰਟੀ ਚਾਹੀਦੀ ਹੈ ਜਿਹੜੇ ਅੱਜ ਗੱਲ ਕਰੇ ਵੀ ਅਸੀਂ ਤੁਹਾਨੂੰ ਬਿਜਲੀ 24 ਘੰਟੇ ਦਾਂਗੇ ਮੇਨ ਮੇਨ ਮੁਕਾਬਲਾ ਕਿਸ ਦੇ ਨਾਲ ਹੋ ਬੀਜੇਪੀ ਦਾ ਕਾਂਗਰਸ ਨਾਲ ਆਮ ਆਦਮੀ ਪਾਰਟੀ ਨਾਲ ਅਕਾਲੀ ਦਲ ਨਾਲ ਜਾਂ ਫਿਰ ਕਿਸਾਨਾਂ ਨੇ ਵੀ ਆਪਣੀ ਪਾਰਟੀ ਬਣਾ ਲਈ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਕੋ ਹਰ ਪਾਰਟੀ ਨੂੰ ਕਿਸਾਨਾਂ ਨੂੰ ਮੈਂ ਵੈਲਕਮ ਕਰਦਾ ਉਹਨਾਂ ਦੇ ਇਸ ਸਟੈਪ ਕਿਉਂਕਿ ਹਰ ਜਾ ਜਮਹੂਰੀਅਤ ਦੇ ਵਿੱਚ ਹਰ ਇੱਕ ਦਾ ਹੱਕ ਮੰਨਦਾ ਵੀ ਆਪਣੀ ਗੱਲ ਕਹਿ ਸਕਣ ਔਰ ਕਿਸਾਨਾਂ ਦੀ ਪਾਰਟੀ ਕਿਸਾਨ ਨਾਲ ਜੁੜੇ ਨੇ ਤੋ ਦੇ ਸ਼ੁੱਡ ਆਲਸੋ ਕਮ ਇਨ ਦਾ ਫਰੇਅ ਔਰ ਆਪਣਾ ਗੱਲ ਕਰਨ ਲੋਕਾਂ ਦੇ ਸਾਹਮਣੇ ਅਸੀਂ ਵੈਲਕਮ ਕਰਦੇ ਆ ਇਲੈਕਸ਼ਨ ਤੇ ਸਾਰਿਆਂ ਨਾਲ ਹੀ ਅਸੀਂ ਇਹ ਕਹਿ ਸਕਦੇ ਇਹ ਨਹੀਂ ਕਹਿਤਾ ਵੀ ਇਹ ਫਲਾਣਾ ਬਹੁਤ ਤਗੜਾ ਸਾਡਾ ਮੁਕਾਬਲਾ ਉਹਦਾ ਨਾ ਆਏਗਾ ਇਹ ਫੋਰ ਕਾਰਨਰਡ ਕੰਟੈਸਟ ਹੋਏਗਾ ਔਰ ਇਸ ਕੰਟੈਸਟ ਦੇ ਵਿੱਚ ਭਾਜਪਾ ਜੇਤੂ ਉਹ ਕਹਿੰਦੇ ਜ਼ਖਮੀ ਸ਼ੇਰ ਕਹਿੰਦੇ ਜਿਆਦਾ ਅਪਰੋਚੇਬਲ ਹੋ ਕੇ ਜਿਹੜਾ ਹੈਗਾ ਉਹ ਵਾਰ ਕਰਦਾ ਤੁਸੀਂ ਕਾਂਗਰਸ ਛੱਡ ਕੇ ਜਾ ਰਹੇ ਹੋ ਔਰ ਕਾਂਗਰਸ ਕਿਤਨਾ ਕਿਤੇ ਇਸ ਚੀਜ਼ ਨੂੰ ਵੀ ਧਿਆਨ ਵਿੱਚ ਰੱਖੀ ਔਰ ਕਹਿ ਰਹੀ ਹੈ ਕਿ ਫੁੱਲ ਫਲੈਜ ਅਸੀਂ ਸਰਕਾਰ ਲੈ ਕੇ ਆਵਾਂਗੇ 120% ਅਸੀਂ ਜਿਹੜੀ ਗੱਲ ਕਰ ਰਹੇ ਆ ਐਵੇਂ ਹਵਾ ਵਾਲੀ ਗੱਲ ਨਹੀਂ ਕਰਦੇ ਅਸੀਂ ਤੁਹਾਨੂੰ ਇਲੈਕਸ਼ਨਾਂ ਤੋਂ ਬਾਅਦ ਵੀ ਮਿਲਣਾ ਹੈ ਇਲੈਕਸ਼ਨਾਂ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਜਿਹੜੀ ਗੱਲ ਕਹੀ ਸੀ ਉਹ ਠੀਕ ਹੈ ਕਿ ਨਹੀਂ ਠੀਕ ਅਸੀਂ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿਹੜਾ ਇਹ ਕਹਿੰਦੇ ਨੇ ਨਾ ਭਾਜਪਾ ਫਿਰਕਾ ਪ੍ਰਸਤ ਪਾਰਟੀ ਹੈ ਫਲਾਨੀ ਪਾਰਟੀ ਤੁਹਾਨੂੰ ਦੱਸਾਂਗੇ ਵੀ ਇਹ ਫਿਰਕਾ ਪ੍ਰਸਤ ਨਹੀਂ ਇਹ ਸਾਰਿਆਂ ਨਾਲ ਪਿਆਰ ਕਰਨ ਵਾਲੀ ਪਾਰਟੀ ਹੈ 크ਰਿਸਚੀਅਨਸ ਵੀ ਇਹਨੂੰ ਵੋਟ ਪਾਣਗੇ ਸਿੱਖ ਜਗਤ ਵੀ ਵੋਟ ਪਾਏਗਾ ਗਰੀਬ ਭਾਈਚਾਰਾ ਵੀ ਵੋਟ ਪਾਏਗਾ ਔਰ ਸਾਰੇ ਇਹ ਕਮਲ ਤਾਂ ਹੀ ਖੱਲੇਗਾ ਜਦੋਂ ਸਾਰੇ ਵਰਗ ਦੇ ਲੋਕ ਬੀਜੇਪੀ ਦੀ ਸਰਕਾਰ ਲਿਆ ਕੇ ਪੰਜਾਬ ਦੇ ਵਿੱਚ ਪੰਜਾਬ ਨੂੰ ਸਾਡਾ ਇੱਕੋ ਹੀ ਹੈ ਉਹ ਸਰਕਾਰ ਲਿਆਓ ਜਿਹੜਾ ਪੰਜਾਬ ਨੂੰ ਬਚਾਏ ਅਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਜਿਹੜੀ ਕੋਈ ਆਪਾਂ ਕੁਰਸੀਆਂ ਫੜ ਕੇ ਨਹੀਂ ਬੈਠੇ ਕਿਉਂਕਿ ਨਾ ਸਾਡੀ ਕੋਈ ਟਿਕਟ ਕੱਟ ਸਕਦਾ ਸੀ ਨਾ ਕੱਟੀ ਗਈ ਹੈ ਨਾ ਕੱਟੀ ਜਾਣੀ ਸੀ ਸਿਟਿੰਗ ਐਮ ਐਲ ਏ ਆ ਔਰ ਟੌਪ 10 ਸੀਟਾਂ ਵਿੱਚ ਵਿਨਿੰਗ ਸੀਟਾਂ ਵਿੱਚ ਕਾਦੀਆਂ ਆ ਰਿਆ ਸੀ ਔਰ ਸ੍ਰੀ ਹਰਗੋਬਿੰਦਪੁਰ ਆ ਰਿਆ ਸੀਗਾ ਉਹਨਾਂ ਨੂੰ ਤੁਸੀਂ ਇਹੋ ਜੀਆਂ ਗੱਲਾਂ ਕਿ ਜਦੋਂ ਬੰਦਾ ਤੁਹਾਡੀ ਪਾਰਟੀ ਇਨਡਿਸਿਪਲਨਲੀ ਇਹ ਜਾਣਦਾ ਤੇ ਤੁਸੀਂ ਕਹਿੰਦੇ ਉਹ ਨਹੀਂ ਜੀ ਉਹ ਕਟੀਆਂ ਜਾਣੀਆਂ ਸੀ ਫਲਾਨੀ ਕੋ ਤੁਹਾਨੂੰ ਪਹੇਕ ਤੁਹਾਨੂੰ ਇਲਮ ਹੋ ਗਿਆ ਸੀ ਵੀ ਉਹ ਕਟੀਆਂ ਜਾਣੀਆਂ ਸੀ ਇਹ ਐਵੇਂ ਬੇਬੁਨਿਆਦ ਗੱਲਾਂ ਇਹ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜਿਹੜੇ ਕੁਲੀਗਸ ਹੁੰਦੇ ਨੇ ਉਹਨਾਂ ਕੁਲੀਗਸ ਨੂੰ ਸੱਚ ਨੂੰ ਸੱਚ ਕਹਿਣਾ ਚਾਹੀਦਾ ਹੈ ਵੀ ਹਾਂ ਇਹ ਕਿਉਂ ਗਏ ਨੇ ਇੰਟਰਡਿਸਪਲਨ ਕਰਕੇ ਗਏ ਨੇ ਇਹ ਕਿਉਂ ਗਏ ਨੇ ਪਾਰਟੀ ਦੀ ਲੀਡਰਸ਼ਿਪ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈ ਤੁਸੀਂ ਆਪਣੇ ਘਰ ਨੂੰ ਠੀਕ ਕਰੋ ਮੇਰੇ ਵੀਰੋ ਲਾਈਨ ਬੜੀ ਲੰਬੀ ਜੇ ਵਕਤ ਨਾ ਚੰਗੀ ਪਾਰਟੀ ਨਾ ਆਜੋਗੇ ਲਾਈਨ ਲਾਈਨ ਦੇ ਵਿੱਚ ਅਗਲਾ ਕੌਣ ਖੜਾ ਸਭ ਤੋਂ ਅੱਗੇ ਉਹ ਤੁਹਾਨੂੰ ਕੀ ਕੀ ਦਸੀਏ ਇਹ ਤੁਹਾਨੂੰ ਉਹ ਹੀ ਦੱਸਣਗੇ ਸਾਨੂੰ ਇਹ ਨਹੀਂ ਪਤਾ ਪਰ ਸੁਣਨ ਵੇਖਣ ਚ ਬਹੁਤ ਕੁਝ ਵੇਖਿਆ ਭਾਈ ਸਾਹਿਬ ਤੁਸੀਂ ਟਾਪ 10 ਹੌਟ ਸੀਟ ਦੀ ਗੱਲ ਕੀਤੀ ਆ ਕਾਦੀਆਂ ਔਰ ਸ਼੍ਰੀ ਹਰਗੋਬਿੰਦ ਪ੍ਰੇਤਾ ਗੱਲ ਕੀਤਾ ਲਾਡੀ ਸਾਹਿਬ ਦਾ ਹਲਕਾ ਉਹ 2022 ਦੇ ਵਿੱਚ ਕਹਿ ਸਕਦੇ ਆ ਕਿ ਸਭ ਤੋਂ ਵੱਡੀ ਜਿਹੜੀ ਹੌਟ ਸੀਟ ਹੋਏਗੀ ਉਹ ਕਾਦੀਆਂ ਹੋਏ ਕਿਉਂਕਿ ਕਾਂਗਰਸ ਦੇ ਵੱਲੋਂ ਉੱਥੇ ਪ੍ਰਤਾਪ ਸਿੰਘ ਬਾਜਵਾ ਔਰ ਭਾਜਪਾ ਦੇ ਵੱਲੋਂ ਤੋਂ ਤੁਸੀਂ ਉਹਨਾਂ ਦੇ ਭਰਾਓ ਫਤਿਹਜੰਗ ਸਿੰਘ ਬਾਜਬਾਬੋ ਸਾਹਮਣੇ ਹੋਵਾਂਗੇ ਜੋ ਤੁਸੀਂ ਵੇਖਣਾ ਚਾਹੋਗੇ ਉਹ ਵੀ ਵਿਖਾਵਾਂਗੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਹਰ ਸੀਟ ਹੌਟ ਸੀਟ ਹੋਏਗੀ ਪੰਜਾਬ ਦੀ ਤਾਂ ਇਹ ਵੱਡੇ ਵੱਡੇ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਔਰ ਸਿਟਿੰਗ ਐਮਐਲਏ ਨੇ ਕਾਂਗਰਸ ਦੇ ਫਤਿਹਜੰਗ ਸਿੰਘ ਬਾਜਬਾਬ ਨੇ ਔਰ ਅਮਬਲਵਿੰਦਰ ਲਾਢੀ ਜੀ ਨੇ ਇਹਨਾਂ ਨੇ ਵੀ ਕਿਹਾ ਕਿ 2022 ਦੇ ਵਿੱਚ ਜਿਹੜਾ ਫੁੱਲ ਫਲੈਜ 120% ਜਿਹੜੀ ਭਾਜਪਾ ਦੀ ਸਰਕਾਰ ਆਏਗੀ ਔਰ ਨਾਲ ਹੀ ਇਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਨਡਿਸਿਪਲਿਨ ਕ੍ਰੀਏਟ ਹੋਇਆ ਹੈ ਉਹ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਔਰ ਹਲੇ ਤਾਂ ਇਹਨਾਂ ਨੇ ਕਿਹਾ ਕਿ ਸਿਰਫ ਸ਼ੁਰੂਆਤ ਹੈ ਹਲੇ ਦੇਖੋ ਕਿ ਬਹੁਤ ਲੰਬੀ ਕਤਾਰ ਲੱਗੀ ਹੋਈ ਹੈ ਔਰ 120% 2022 ਦੇ ਵਿੱਚ ਪੰਜਾਬ ਦੀ ਕਮਲ ਦਾ ਫੁੱਲ ਖਿੜੇਗਾ ਔਰ ਆਉਣ ਵਾਲੀ 5 ਤਰੀਕ ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਵੱਡੀ ਪਹਿਲੀ ਰੈਲੀ ਕਰਨਗੇ ਤਾਂ ਪੰਜਾਬ ਨੂੰ ਵੱਡੇ ਗੱਫੇ ਦਿੱਤੇ ਜਾਣਗੇ ਦੇਖਣਾ ਹੋਵੇਗਾ ਕਿ ਉਹ ਗੱਫੇ ਕੀ ਹੋਣਗੇ ਔਰ ਪੰਜਾਬੀ ਉਹਨਾਂ ਗੱਫਿਆਂ ਨੂੰ ਉਹਨਾਂ ਤੋਹਫਿਆਂ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਔਰ ਕੀ ਇਸ ਵਾਰ ਸਿਆਸਤ ਦੇ ਵਿੱਚ ਪਹਿਲੀ ਵਾਰ ਫੁੱਲ ਫਲੇਜਡ 111 ਹਲਕਿਆਂ ਦੇ ਵਿੱਚ ਚੋਣ ਲੜ ਰਹੀ ਬੀਜੇਪੀ ਪੰਜਾਬ ਦੇ ਵਿੱਚ ਕਮਲ ਖਿਲਾਫ ਪਵੇਗੀ ਇਸ ਦੇ ਲਈ ਥੋੜਾ ਦਾ ਇੰਤਜ਼ਾਰ ਕਰਨਾ ਪਵੇਗਾ ਕੈਮਰਾਮੈਨ ਗ੍ਰੀਸ਼ ਦੇ ਨਾਲ ਭੁੱਲੋ